ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਤੇ ਸਾਡੇ ਨਾਲ ਨੇ ਜੀ ਅੱਜ ਗੁੱਡੀ ਹਾਂ ਜੀ ਗੁੱਡੀ ਹੈਨਾ ਹਾਂ ਸਤਿ ਸ਼੍ਰੀ ਅਕਾਲ ਤੁਹਾਡੇ ਕਹਿਣ ਤੋਂ ਪਹਿਲੇ ਮੈਂ ਕਹਿ ਰਹੀ ਤਾਂ ਗੁੱਡੀ ਥੈਂਕ ਯੂ ਦੀਦੀ ਜੀ ਉਮੀਦ ਕਰੀ ਹੁੰਦੀ ਸਾਰੇ ਜਣੇ ਠੀਕ ਠਾਕ ਹੋਣੇ ਆ ਤੇ ਅੱਜ ਜਿਹੜੀਆਂ ਗੱਲਾਂ ਆਪਾਂ ਕਰਨ ਵਾਲੇ ਉਹਨਾਂ ਦਾ ਆਨੰਦ ਮਾਣਨ ਦੇ ਲਈ ਵੀ ਤਿਆਰ ਹੋਣ ਵਾਲੇ ਹੋ ਤਿਆਰ ਹੋ ਗਏ ਹੋਣੇ ਵੈਸੇ ਤਾਂ ਕਿਉਂਕਿ ਅੱਜ ਗੱਲ ਨਾ ਗੁੱਡੀ ਦੇ ਬਚਪਨ ਨਾਲ ਜੁੜੀ ਹੋਈ ਕਰਨੀ ਆ ਆਪਾਂ ਠੀਕ ਹੈ ਜੀ ਗੁੱਡੀ ਠੀਕ ਆ ਹਾਂ ਜੀ ਬਚਪਨ ਦੇ ਵਿੱਚ ਗੁੱਡੀ ਕੀ ਸ਼ਰਾਰਤਾਂ ਹੁਣ ਤਾਂ ਥੋੜ੍ਹੀ ਜਿਹੀ ਵੱਡੀ ਹੋ ਗਈ ਹੈ ਨਾ ਕੀ ਸ਼ਰਾਰਤਾਂ ਕਰਦੀ ਸੀ ਇਹਨੂੰ ਕਿਤੇ ਤੋਂ ਖੋ ਕੇ ਸਮਾਨ ਖਾ ਲੈਂਦੀ ਹੁੰਦੀ ਸੀ ਕਿਤੇ ਸਾਈਕਲ ਮਤਲਬ ਕਿ ਉਹਨੂੰ ਕੁੱਟ ਮਾਰ ਕੇ ਸਾਈਕਲ 'ਤੇ ਗੇੜੀ ਲਾਉਣ ਚਲ ਜਾਣੀ ਆ ਕਿਤੇ ਬਸਤੇ ਤੋਂ ਬਸਤੇ ਦੇ ਵਿੱਚੋਂ ਟਿਫਨ ਕੱਢ ਲੈਣਾ ਆ ਸੋ ਗੁੱਡੀ ਤੋਂ ਅੱਜ ਸਾਰੀਆਂ ਗੱਲਾਂ ਪੁੱਛਣੀਆਂ ਗੁੱਡੀ ਠੀਕ ਹੈ ਦੱਸਣ ਲਈ ਤਿਆਰ ਹੋ ਹਾਂ ਜੀ ਦੀ ਦੇਖ ਲਓ ਅੱਜ ਫਿਰ ਉਦਾਂ ਕਹਿੰਦੇ ਹੁੰਦੇ ਪੋਲ ਖੁੱਲ ਜਾਣੀ ਆ ਗੁੱਡੀ ਦੀ ਦੀਦੀ ਜ਼ਿਆਦਾ ਪੋਲ ਨਹੀਂ ਖੋਲਣੀ ਫਿਰ ਹਨਾ ਮੈਨੂੰ ਗੁੱਸਾ ਵੀ ਚੜ ਜਾਂਦਾ ਹੁੰਦਾ ਅੱਛਾ ਹਾਂ ਜੀ ਗੁੱਡੀ ਇੱਕ ਗੱਲ ਕਵਾਂ ਯੈਸ ਮੈਨੂੰ ਪਤਾ ਦੀਦੀ ਤੁਸੀਂ ਮੇਰੇ ਕਰੀ ਲਿਆ ਤੇ ਗੱਲ ਕਰਨੀ ਪਰ ਅੱਜ ਸੱਚੀ ਨਹੀਂ ਸਹੀ ਹੋਏ ਗੁੱਡੀ ਫਿਰ ਦੇਖੋ ਹੁਣ ਮੈਂ ਹਨਾ ਅੱਗੇ ਤਾਂ ਚੱਲ ਮੈਂ ਮਜ਼ਾਕ ਚ ਮੈਨੂੰ ਕਿੰਨੇ ਕੰਮ ਹੁੰਦੇ ਆ ਸਕੂਲੇ ਜਾਣਾ ਕਿੰਨਾ ਮੈਂ ਕਲਾਸ ਦੀ ਮੋਨੀਟਰ ਵੀ ਆ ਮੇਰੇ ਸਿਰ ਤੇ ਇੰਨੀਆਂ ਜ਼ਿੰਮੇਵਾਰੀਆਂ ਬੰਦਾ ਕਰੇਲੇ ਦੇਖਿਆ ਕਿ ਸਕੂਲ ਚ ਬੱਚਿਆਂ ਨਾਲ ਕੰਮ ਕਰਾਵੇ ਨਾਲੇ ਜਿੱਦਣ ਵੀਰ ਦੀਦੀ ਆਏ ਸੀਗੇ ਹਨਾ ਮੇਰਾ ਵੀ ਮਨ ਸੀਗਾ ਕਿ ਮੈਂ ਆਵਾਂ ਹਨਾ ਜਿਹੜੇ ਸਾਡੇ ਸਰ ਨਹੀਂ ਹੈਗੇ ਹਰਬੰਸ ਸਰ ਕਹਿੰਦਾ ਨਹੀਂ ਤੂੰ ਘਰੇ ਬਹਿ ਕੇ ਪੜ੍ਹਨਾ ਘਰੇ ਬਹਿ ਕੇ ਪੜ੍ਹਨਾ ਉਹਨੇ ਮੈਨੂੰ ਇੰਨਾ ਗੁੱਸਾ ਚੜਿਆ ਮੈਂ ਕਿਤੇ ਨਹੀਂ ਬੋਲਣਾ ਉਹਨਾਂ ਦੇ ਨਾਲ ਚਲੋ ਠੀਕ ਹੈ ਨਾ ਬੋਲਿਓ ਬਟ ਗੁੱਡੀ ਸੱਚੀ ਕਰੇਲੇ ਸਹੀ ਕਰੋ ਥੋੜੇ ਜਿਹੇ ਟੇਡੇ ਜਿਹੇ ਆਏ ਦੀਦੀ ਲੈ ਹੁਣ ਹੁਣ ਮੈਂ ਕਿੱਧਰੋਂ ਕਰਾਂ ਦੀਦੀ ਜਦੋਂ ਤੁਹਾਡੇ ਘਰੇ ਕਰੇਲਿਆਂ ਦੀ ਬੇਲ ਲੱਗੀ ਹੁੰਦੀ ਆ ਤੁਸੀਂ ਉੱਤੇ ਚੜ ਕੇ ਸਾਰੇ ਕਰੇਲੇ ਲੈਣ 'ਚ ਕਰਦੇ ਹੁੰਦੇ ਹੋ ਹੱਦੀ ਹੋਈ ਪਈ ਆ ਮੇਰੀ ਤਾਂ ਬੇਇੱਜ਼ਤੀ ਹੋਈ ਕਰੀ ਜਾਂਦੇ ਨਾਲ ਬੇਇੱਜ਼ਤੀ ਨਹੀਂ ਬਾਬਾ ਅੱਛਾ ਚਲੋ ਠੀਕ ਹੈ ਹੋਰ ਗੁੱਡੀ ਠੀਕ ਹੋ ਤੁਸੀਂ ਮੈਂ ਤਾਂ ਦੀਦੀ ਵਧੀਆ ਤੂੰ ਤਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਹੀ ਹੁਣ ਮੇਰੀ ਬੇਇੱਜ਼ਤੀ ਕਰਨ ਲੱਗ ਗਈ ਤਾਂ ਸਾਰਾ ਬੇਇੱਜ਼ਤੀ ਨਹੀਂ ਕੀਤੀ ਬਾਬਾ ਮੈਂ ਵੈਸੇ ਨਾਰਮਲ ਕਿਹਾ ਅੱਛਾ ਅੱਗੇ ਨਾ ਮੈਂ ਹਮੇਸ਼ਾ ਮਜ਼ਾਕ ਦੇ ਵਿੱਚ ਕਹਿੰਦੀ ਹੁੰਦੀ ਆ ਅੱਜ ਸੱਚੀ ਗੁੱਡੀ ਦੇ ਕਰੇਲੇ ਸਹੀ ਨਹੀਂ ਆ ਪਰ ਠੀਕ ਹੈ ਕਰੇਲੇ ਤੋਂ ਕੀ ਲੈਣਾ ਰੀਬਨ ਸੋਹਣਾ ਆ ਹੈ ਨਾ ਧੋਨੇ ਹੁਣੇ ਰੀਬਨ ਕਿ ਨਹੀਂ ਗੰਦਾ ਹੀ ਰੀਬਨ ਪਾ ਲੈਂਦੇ ਦੀਦੀ ਨਿੱਤ ਰਾਤ ਨੂੰ ਹੁਣ ਖੋਲ ਕੇ ਧੋ ਕੇ ਫਿਰ ਸਵੇਰੇ ਨਵੀਂ ਪਾਈ ਤੇ ਧੋ ਕੇ ਪਰ ਇਦਾਂ ਨਹੀਂ ਹੁੰਦਾ ਬੁੱਧਵਾਰ ਜਾਂ ਸ਼ੁੱਕਰਵਾਰ ਜਾਂ ਫਿਰ ਕਿਸੇ ਹੋਰ ਦਿਨ ਰੰਗ ਚੇਂਜ ਹੁੰਦਾ ਇਹਦਾ ਕਾਲੇ ਚਿੱਟੇ ਰੀਬਨ ਵੀ ਹੁੰਦੇ ਨਹੀਂ ਦੀਦੀ ਮੈਂ ਰੀਬਨ ਨਾ ਕਲਾਸ ਦੀ ਨਾ ਮੋਨੀਟਰ ਵੀ ਤਾਂ ਫਿਰ ਮੇਰੀ ਤਾਂ ਪਛਾਣ ਅਲੱਗ ਹੀ ਬਣਦੀ ਆ ਸਾਰਿਆਂ ਤੋਂ ਕੋਈ ਕਮੇ ਵੀ ਪਾਵੇ ਮੈਂ ਤਾਂ ਫਿਰ ਹਨਾ ਮਤਲਬ ਮੇਰਾ ਤਾਂ ਹਨਾ ਰੈੱਡ ਕਲਰ ਖਾਸ ਵਾ ਹਾਂਜੀ ਖਾਸ ਆ ਰੈੱਡ ਕਲਰ ਲਾਲ ਰੰਗ ਚੰਗਾ ਲੱਗਦਾ ਨਾ ਗੁੱਡੀ ਨੂੰ ਹਾਂਜੀ ਦੀਦੀ ਅੱਛਾ ਗੁੱਡੀ ਚਲੋ ਠੀਕ ਹੈ ਜੀ ਇਹ ਕਰੇਲੀਆਂ ਦੀਆਂ ਗੱਲਾਂ ਰਹੀਆਂ ਮੈਂ ਹੋਰ ਗੱਲਾਂ ਆਪਾਂ ਕਰਦੇ ਹਾਂ ਐਵੇਂ ਗੁੱਡੀ ਕਰੇਲੀਆਂ ਦੀਆਂ ਗੱਲਾਂ 'ਚ ਉਲਝਾ ਲੈਂਦੀਆਂ ਮੈਨੂੰ ਰੋਜ਼ ਫਿਲਹਾਲ ਆਪਾਂ ਗੱਲਾਂ ਕਰ ਲੈਣੇ ਠੀਕ ਹੈ ਅੱਛਾ ਗੁੱਡੀ ਅੱਜ ਆਪਾਂ ਦਰਸ਼ਕਾਂ ਨਾਲ ਵੀ ਬਚਪਨ ਦੀਆਂ ਗੱਲਾਂ ਕਰ ਸਕਦੇ ਹਾਂ ਦੀਦੀ ਆਪਾਂ ਸਾਰਿਆਂ ਨਾਲ ਆਈ ਗੱਲਾਂ ਕਰਾਂਗੇ ਹਨਾ ਚਲ ਮੈਂ ਤਾਂ ਜਦੋਂ ਛੋਟੀ ਸੀਗੀ ਮੈਂ ਬਹੁਤ ਸ਼ਰਾਰਤਾਂ ਵੀ ਕੀਤੀਆਂ ਨੇ ਹਨਾ ਮੈਂ ਹੁਣ ਵੀ ਕਰਦੀ ਨਹੀਂ ਆ ਦੀਦੀ ਹੁਣ ਵੀ ਕਰਦੀ ਹਾਂ ਹਥਿਆਰ ਦੱਸੋ ਹਥਿਆਰ ਤਿਆਰ ਰੱਖ ਦਿਓ ਹਾਂਜੀ ਹੁਣ ਪੈਨਸਲ ਤਾਂ ਮੇਰੀ ਘੜੀ ਹੋਈ ਹੁੰਦੀ ਆ ਮੈਂ ਕਦੇ ਉਹਦੇ ਚ ਕੁਝ ਵੀ ਘੱਟ ਨਹੀਂ ਰੱਖਿਆ ਹੁਣ ਜਦੋਂ ਨਾ ਮੈਨੂੰ ਕੋਈ ਸਕੂਲ ਚ ਕਹਿ ਦੇਵੇ ਹਨਾ ਵੀ ਤੂੰ ਆਈ ਨਹੀਂ ਕਰਨਾ ਉਹ ਵੀ ਕਰਨਾ ਕਦੇ ਕੰਪਿਊਟਰ ਵਾਲੇ ਸਰ ਤੰਗ ਲੈਂਦੇ ਆ ਵੱਡੇ ਸਰ ਅਲੱਗ ਡਾਊਟ ਦੇ ਰਹਿੰਦੇ ਆ ਜਦੋਂ ਮੈਂ ਜਾਂਦੀ ਹਾਂ ਉੱਥੇ ਪੈਨਸਲ ਚੱਕ ਕੇ ਤਿਆਰ ਹਥਿਆਰ ਲੈ ਕੇ ਫਿਰ ਹਨਾ ਇੱਕ ਬੱਚੇ ਤੇ ਹਿੰਸਾ ਨਹੀਂ ਨਾ ਕਰਨੀ ਚਾਹੀਦੀ ਹਾਂ ਬਿਲਕੁਲ ਜੀ ਨਹੀਂ ਐਦਾਂ ਦੇ ਬੱਚਿਆਂ ਤੇ ਹਿੰਸਾ ਜਮਾ ਨਹੀਂ ਕਰਨੀ ਚਾਹੀਦੀ ਹਨਾ ਹਾਂਜੀ ਹਨਾ ਦੀਦੀ ਹਿੰਸਾ ਦਾ ਕੋਈ ਵੱਡਾ ਰੂਪ ਹੁੰਦਾ ਨਾ ਉਹ ਕਰਨਾ ਚਾਹੀਦਾ ਹੈ ਹਾਂਜੀ ਨਹੀਂ ਦੀਦੀ ਨਹੀਂ ਆਈ ਨਹੀਂ ਕਹੀਦਾ ਨਹੀਂ ਨਹੀਂ ਹਿੰਸਾ ਨਹੀਂ ਮੈਂ ਤੁਹਾਡੇ ਲਈ ਕਿਹਾ ਮਤਲਬ ਕਿ ਪਿਆਰ ਕਰਨਾ ਚਾਹੀਦਾ ਵੱਡੇ ਰੂਪ ਚ ਪਿਆਰ ਕਰਨਾ ਚਾਹੀਦਾ ਨਹੀਂ ਹਨਾ ਦੀਦੀ ਉਦੋਂ ਨਾ ਸਾਡੇ ਮਾਸਟਰ ਹਰਬੰਸ ਜੀ ਨੇ ਮੈਨੂੰ ਸਕੂਲੋਂ ਛੁੱਟੀ ਨਹੀਂ ਦਿੱਤੀ ਫਿਰ ਕਹਿੰਦੇ ਤੂੰ ਉੱਥੇ ਜਾ ਕੇ ਕੀ ਕਰਨਾਗਾ ਹਨਾ ਪਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਸਕੂਲੇ ਕੀ ਕਰਨ ਆਉਂਦੇ ਹੋ ਸਾਰੇ ਦਿਨ ਹਾਂ ਬੱਚਾ ਸਕੂਲੇ ਆ ਗਿਆ ਤੇ ਫਿਰ ਬੱਚਾ ਆਪਦੇ ਫੰਕਸ਼ਨ 'ਚ ਕਿਤੇ ਵੀ ਜਾ ਸਕਦਾ ਕਿਤੇ ਵੀ ਜਾ ਸਕਦਾ ਉਨੀ ਦੇਰ ਤੱਕ ਤੁਹਾਡੀ ਰਿਸਪੌਂਸਿਬਿਲਟੀ ਜਿੰਨੀ ਦੇਰ ਅਸੀਂ ਹਨਾ ਤੁਹਾਡੇ ਸਕੂਲ 'ਚ ਤੁਹਾਡੇ ਸਕੂਲ ਤੋਂ ਬਾਹਰ ਜਾ ਕੇ ਬੱਚਾ ਜੋ ਮਰਜ਼ੀ ਕਰੇ ਹਨਾ ਅੰਬਲ ਲੈਣੇ ਹੁੰਦੇ ਆ ਦੀਦੀ ਲੋਕਾਂ ਨੂੰ ਬਟ ਹੁਣ ਸਰ ਉਹਨਾਂ ਦੀ ਤਾਂ ਗੱਲ ਮੰਨਣੀ ਆ ਨਾ ਆਪਾਂ ਆਪਣੀ ਸਾਰੀ ਗੱਲ ਪਰ ਹਨਾ ਮੇਰਾ ਤਾਂ ਸਕੂਲ ਖਤਮ ਹੋ ਗਿਆ ਸੀ ਨਾ ਮੈਂ ਤਾਂ ਕਿਹਾ ਸੀਗਾ ਮੈਂ ਕਿਹਾ ਸਰ ਜੀ ਮੈਂ ਦੀਦੀ ਨਾਲ ਜਾਣਾ ਕਦੇ ਨਹੀਂ ਜਾਣਾ ਦੀਦੀ ਪਰ ਜਦੋਂ ਮੈਨੂੰ ਗੁੱਸਾ ਹੀ ਚੜ ਜਾਂਦਾ ਫਿਰ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੁੰਦਾ ਸਕੂਲ ਗਈ ਦਾ ਹਨਾ ਫਿਰ ਜਦੋਂ ਗੁੱਸਾ ਚੜ ਜਾਂਦਾ ਫਿਰ ਲੱਗਦਾ ਕਿ ਗੁੱਡੀ ਨੂੰ ਕੋਈ ਫਾਇਦਾ ਨਹੀਂ ਹੈਗਾ ਚਲੋ ਛੱਡੋ ਗੁੱਡੀ ਗੁੱਸਾ ਨਹੀਂ ਕਰਨਾ ਹੈਗਾ ਆਪਾਂ ਗੱਲਾਂ ਕਰਦੇ ਬਚਪਨ ਦੀਆਂ ਸੋ ਅੱਜ ਬਚਪਨ ਦੀਆਂ ਗੱਲਾਂ ਹੋਣੀਆਂ ਸਿਰਫ ਕਿਸੇ ਇੱਕ ਟੌਪਿਕ ਤੇ ਨਹੀਂ ਵੀ ਕੀ ਖਾਂਦੇ ਸੀ ਸ਼ਰਾਰਤਾਂ ਕੀ ਕਰਦੇ ਸੀ ਅੱਜ ਬਹੁਤ ਸਾਰੀਆਂ ਗੱਲਾਂ ਹੋਣੀਆਂ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਮੈਂ ਗੁੱਡੀ ਦੀ ਗੱਲ ਕੀਤੀ ਹੈ ਕਿ ਗੁੱਡੀ ਬਸਤੇ 'ਚੋਂ ਇਹਨੂੰ ਟਿਫਨ ਦੱਸ ਰਹੀ ਸੀ ਗੁੱਡੀ ਕਿ ਇੱਕ ਵਾਰੀ ਇਹਨੇ ਟਿਫਨ ਚੋਰੀ ਕਰਕੇ ਖਾਧਾ ਸੀ ਕਿਉਂਕਿ ਇਹ ਨਾ ਘਰੋਂ ਰੋਟੀ ਤਾਂ ਲੈ ਕੇ ਆਈ ਸੀ ਬਟ ਇਹਨੇ ਜਲਦੀ ਖਾ ਲਿਆ ਸੀ ਅਤੇ ਇਹਨੂੰ ਦੁਬਾਰਾ ਭੁੱਖ ਲੱਗ ਗਈ ਅਤੇ ਇਹਨੇ ਫਿਰ ਆਪਣੀ ਸਹੇਲੀ ਦੇ ਬੈਗ 'ਚੋਂ ਟਿਫਨ ਕੱਢ ਕੇ ਖਾ ਲਿਆ ਸੀ ਉਹ ਅਚਾਰ ਦੇ ਨਾਲ ਰੋਟੀ ਸੀਗੀ ਪਰਾਂਠੇ ਸੀਗੇ ਸੋਰੀ ਹੈ ਨਾ ਗੁੱਡੀ ਦੱਸ ਰਹੀ ਸੀ ਨਾ ਤੁਸੀਂ ਦੀਦੀ ਹੈ ਨਾ ਫਿਰ ਤੁਸੀਂ ਐਂ ਕਦੋਂ ਦੱਸ ਦਿਓ ਵੀ ਮੈਂ ਚੋਰੀ ਕੀਤੀ ਮੈਂ ਤਾਂ ਚੋਰੀ ਨਹੀਂ ਕੀਤੀ ਇਹ ਆਪਣੇ ਦੋਸਤ ਦੇ ਟਿਫਨ ਨੂੰ ਖਾਣਾ ਚੰਗ ਮੈਂ ਵੀ ਇਦਾਂ ਕੀਤਾ ਹੈ ਗੁੱਡੀ
दीदी फिर असि तो हुण असि तो होर बच्चिया मैनू तो भुख पता किन्नी लगदी किन्ना काम हुंदा स्कूल दी प्रेयर भी मैं करवाउणी क्लासां च जाके सेटिंग भी मैं करवाउणी गुड्डी नूं इन्नी भुख लगदी है ना हुण भी जदों दिमाग इन्ना चलणा तां फिर मशीनरी नूं तां ना खराब चाहीदी मैं तां दसदी गुड्डी नूं इन्नी भुख लगदी है ना कि शो दे विच हुण भी अपने लिए खाण लई समान लैके आई आ मैनूं नहीं पता नहीं कित्थे लुकोया दिखाओ तां सही दर्शकां नूं की खाण लई दीदी इक चूरन लैंदा दीदी चूस नाल की गल चूरन पता किन्ना स्वाद हुंदा बहुत बहुत स्वाद हुंदा बिल्कुल मेनू भी टेस्ट करवाया गुड्डी ने सो तुहानू चूरन तो कुछ यादा याद आ रही होनी कुछ गल्ला याद आ रही होनी क्योंकि चूरन मेरे बैग च ना चूरन हो गए है ना नाल संतरे वाली गोलियां हाय हाय दीदी होर इमली डब्बी वाली एक हाथी वाली गोलियां भी होंदियां ना हाथी वालियां दीदी एक गुरु चेला भी है ना मेरे कोले निक्कियां गोलियां होंदियां सी एक चटमोला जी ते हाथी दी फोटो बनी हुंदी सी इमली भी मेरी है ना बैग च हुंदी है मैं सच्ची कहनी मेरे कोल हुंदी है मैनूं वधिया लगदी ते 1 रुपए दी टॉफियां 4 मिलदियां कि 1 मिलदी है हुण दीदी थोनूं दस्या सी ना हुण ਜਦੋਂ ਦਾ ਤੁਸੀਂ ਕਿਸੇ ਦੁਕਾਨ ਤੇ ਹੈ ਨਾ ਵਧੀਆ ਸਿਆਣੇ ਬੱਚੇ ਬਣ ਕੇ ਜਾਂਦੇ ਹੋ ਹੈ ਨਾ ਉਹ ਫਿਰ ਤੁਹਾਡੀ ਟੌਰ ਤੇ ਇੱਕ ਕਰ ਦਿੰਦੇ ਆ ਇੱਕ ਰੋਂਗੇ ਚ ਵੀ ਲੈ ਜਾਓ ਹੈ ਨਾ ਇੱਕ ਟੌਫੀ ਐਕਸਟਰਾ ਮਿਲਦੀ ਆ ਹਾਂਜੀ ਪਰ ਜਦੋਂ ਕੋਈ ਜਾਣਦਾ ਹੁੰਦਾ ਨਾ ਐਕਸਟਰਾ ਟੌਫੀ ਮਿਲ ਜਾਂਦੀ ਹੈ ਪਰ ਜੇ ਕੋਈ ਨਹੀਂ ਜਾਣਦਾ ਹੁੰਦਾ ਤੇ ਉਹਨੂੰ ਵੱਧ ਵੀ ਪੈਸੇ ਲਾ ਦਿੰਦੇ ਆ ਦੀਦੀ ਹੁਣ ਜੇ ਮੇਰੇ ਨਾਲ ਕੋਈ ਲੈਣ ਜਾਵੜੇ ਟੌਫੀ ਕੁਝ ਵੀ ਸਮਾਨ ਹੈ ਨਾ ਮੈਨੂੰ ਲੱਗਦਾ ਵੀ ਇਹਦੇ ਕੋਲੇ 5 ਜਾਂ 7 ਟੌਫੀਆਂ ਨੇ ਫਿਰ ਉਹਦੇ ਚੋਂ ਇੱਕ ਤਾਂ ਮੇਰੀ ਬਣਦੀ ਆ ਨਾ ਹਾਂ ਬਿਲਕੁਲ ਅਗਲੇ ਨੂੰ ਮੈਂ ਨਾਲ ਵੀ ਤਾਂ ਲੈ ਕੇ ਜਾਣੀ ਆ ਇੰਨਾ ਟਾਈਮ ਉੱਥੇ ਵੇਸਟ ਕਰਨਾ ਹੈ ਨਾ ਫਿਰ GST ਤਾਂ ਲੱਗੂਗੀ ਤੇ ਤਾਂ ਲੱਗੂਗੀ ਤੇ ਫਿਰ ਆਬਵੀਅਸਲੀ ਬਈ ਗੁੱਡੀ ਲਈ ਵੀ ਟੌਫੀਆਂ ਚਾਹੀਦੀਆਂ ਐਕਸਟਰਾ ਤੇ ਗੁੱਡੀ ਦੇ ਕੋਲ ਚੂਰਨ ਕਾਫੀ ਸੀਗਾ ਤੇ ਇੱਕ ਚੂਰਨ ਗੁੱਡੀ ਨੇ ਮੈਨੂੰ ਵੀ ਟੇਸਟ ਕਰਾਇਆ ਬਹੁਤ ਸਵਾਦ ਲੱਗਾ ਮੈਨੂੰ ਵੀ ਅੱਛਾ ਨਾ ਚੂਰਨ ਤੋਂ ਕਾਫੀ ਚੀਜ਼ਾਂ ਯਾਦ ਆ ਗਈਆਂ ਬਚਪਨ ਦੇ ਵਿੱਚ ਜਿਵੇਂ ਜਿਹੜੀਆਂ ਹੱਥ ਦੀ ਗੋਲੀਆਂ ਦੀ ਗੱਲ ਕੀਤੀ ਆ ਜਦੋਂ ਪਹਿਲਾਂ ਜਦੋਂ ਮੈਂ ਹਨਾ ਪਿੰਡ ਸੀਗੀ ਸਕੂਲ 'ਚ ਪੜ੍ਹਦੀ ਹਨਾ ਉੱਥੇ ਪਿੰਡ ਦੇ ਵਿੱਚ ਜਦੋਂ ਹਨਾ ਕਿਸੇ ਤੇ ਲੰਗਰ ਲੱਗਿਆ ਹੁੰਦਾ ਸੀਗਾ ਤੁਹਾਨੂੰ ਪਤਾ ਹੁਣ ਤਾਂ ਮੈਨੂੰ ਹੱਸ ਹੀ ਆ ਜਾਂਦਾ ਹਨਾ ਬੱਚਿਆਂ ਨੂੰ ਲੈਣਾ ਬਣਾ ਕੇ ਹਨਾ ਚੌਲ ਖਵਾਉਣ ਵੀ ਲੈ ਕੇ ਜਾਂਦੇ ਹੁੰਦੇ ਸੀ ਦੀਦੀ ਮੈਂ ਮਨੀਟਰ ਵੀ ਹੁੰਦੀ ਸੀ ਹਨਾ ਮੈਨੂੰ ਲੈਣ 'ਚ ਲੱਗਣਾ ਵਧੀਆ ਨਹੀਂ ਸੀ ਲੱਗਦਾ ਹੁੰਦਾ ਮੈਂ ਇੱਕ ਬੱਚੇ ਨੂੰ ਕਹਿੰਦੀ ਹੁੰਦੀ ਸੀ ਵੀ ਤੂੰ ਮੇਰੇ ਲਿਫਾਫੇ 'ਚ ਜਾਂ ਮੇਰੇ ਟਿਫਨ 'ਚ ਚੌਲ ਪਵਾ ਕੇ ਦੇਣਿਆ ਉਹ ਫਿਰ ਮੈਨੂੰ ਚੌਲ ਪਵਾ ਦਿੰਦਾ ਸੀਗਾ ਅੱਛਾ ਫਿਰ ਮੈਨੂੰ ਮਜ਼ਾ ਹੀ ਆ ਜਾਂਦਾ ਸੀ ਇਹ ਪਿੰਡ ਦੀਆਂ ਗੱਲਾਂ ਹਨ ਹਾਂਜੀ ਦੀਦੀ ਅੱਛਾ ਜਦੋਂ ਪਿੰਡ ਰਹਿੰਦੇ ਸੀਗੇ ਦੀਦੀ ਮੈਨੂੰ ਨਾ ਪਿੰਡ ਕਦੇ ਨਹੀਂ ਭੁੱਲ ਸਕਦਾ ਤੇ ਆਪਣੇ ਦਰਸ਼ਕਾਂ ਨੂੰ ਵੀ ਪਿੰਡ ਬਹੁਤ ਯਾਦ ਆਊਗਾ ਜਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਦੀਦੀ ਇੱਕ ਗੱਲ ਹੋਰ ਹਨਾ ਅਸੀਂ ਜਦੋਂ ਮੈਂ ਹਨਾ ਬੋਲਣ ਬੋਲਣ ਲੱਗੀ ਸੀਗੀ ਹਨਾ ਮੈਂ ਬਹੁਤ ਛੋਟੇ ਹੁੰਦੇ ਸੀ ਜਦੋਂ ਬੋਲਣ ਲੱਗੀ ਸੀ ਨਾ ਮੈਂ ਹਨਾ ਹੁਣ ਬਹੁਤ ਵੱਡੀ ਹੋ ਗਈ ਹੈ ਨਾ ਦੀਦੀ ਮੈਂ ਵੀਰੇ ਨਾਲ ਅਸੀਂ ਹਨਾ ਮੱਕੀ ਦੇ ਦਾਣੇ ਬਣਾਉਣ ਜਾਂਦੇ ਹੁੰਦੇ ਸੀਗੇ ਹਨਾ ਉੱਥੇ ਆਂਟੀ ਹੁੰਦੇ ਸੀਗੇ ਇੱਕ ਮੈਨੂੰ ਨਾਮ ਨਹੀਂ ਯਾਦ ਆਉਂਦਾ ਬਹੁਤ ਸੋਹਣੇ ਹੁੰਦੇ ਸੀ ਬਸ ਉਹ ਸੋਹਣਾ ਕੋਕਾ ਪਾਇਆ ਹੁੰਦਾ ਸੀ ਆਂਟੀ ਦੇ ਵੀਰੇ ਨੂੰ ਤੇ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਦੀਦੀ ਸਾਨੂੰ ਇੱਕ ਮੁੱਠੀ ਜ਼ਿਆਦਾ ਚਾਵਲ ਹਨਾ ਦਾਣੇ ਦਿੰਦੇ ਹੁੰਦੇ ਸੀਗੇ ਹਾਂਜੀ ਓਕੇ 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 ਜਾਂ ਰੇਤੇ ਦੇ ਵਿੱਚ ਜਾਂ ਫਿਰ ਨਮਕ ਦੇ ਵਿੱਚ ਨਾ ਭੁੰਦੇ ਹੁੰਦੇ ਸੀਗੇ ਭੱਠੀ ਤੇ ਜਾਂਦੇ ਦੀਦੀ ਹੁਣ ਕਈ ਵਾਰ ਨਾ ਆਂਟੀ ਦੀ ਹਨਾ ਸੱਸ ਆ ਜਾਂਦੀ ਸੀਗੀ ਬੇਬੇ ਹਨਾ ਸਾਨੂੰ ਘੂਰਦੀ ਹੁੰਦੀ ਸੀ ਹਨਾ ਅਸੀਂ ਜਦੋਂ ਦਾਣੇ ਬਣਾਉਣ ਜਾਂਦੇ ਸੀ ਸਾਨੂੰ ਉੱਥੇ ਬਿਠਾ ਲੈਂਦੇ ਸੀਗੇ ਹਨਾ ਬੇਬੇ ਕਹਿੰਦੀ ਹੁੰਦੀ ਸੀ ਨਾ ਭੱਠੀ ਜੇ ਝੋਕਾ ਵਾਲਾ ਮੇਰੀਆਂ ਤਾਂ ਅੱਖਾਂ ਹਨਾ ਧੂੰਏ 'ਚ ਬੰਦ ਹੋ ਜਾਂਦੀਆਂ ਸੀ ਮੇਰਾ ਵੀਰਾ ਫਿਰ ਸਾਰੇ ਦਾਣੇ ਪਵਾ ਲੈਂਦਾ ਹੁੰਦਾ ਸੀ ਅਸੀਂ ਕਹਿੰਦੇ ਸੀਗੇ ਅਸੀਂ ਆਂਟੀ ਨੂੰ ਚੁੰਗੀ ਨਹੀਂ ਦੇਣੀ ਪਿੱਛੋਂ ਠੀਕ ਹੈ ਜੀ ਠੀਕ ਹੈ ਤੁਹਾਡੀਆਂ ਕਿਹੜੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਸਾਡੇ ਨਾਲ ਤੁਸੀਂ ਜ਼ਰੂਰ ਉਹ ਗੱਲਾਂ ਸ਼ੇਅਰ ਕਰਿਓ ਤੇ ਜਿਵੇਂ ਪਿੰਡ ਦੀਆਂ ਗੱਲਾਂ ਕੀਤੀਆਂ ਗੁੱਡੀ ਨੇ ਹੈ ਨਾ ਜਾਂ ਫਿਰ ਸਕੂਲ ਦੀਆਂ ਗੱਲਾਂ ਹੋ ਗਈਆਂ ਜਾਂ ਫਿਰ ਬਹਾਨੇ ਵੀ ਬੜੇ ਘੜਦੇ ਹੁੰਦੇ ਸੀ ਜਿਵੇਂ ਆਪਾਂ ਗੱਲਾਂ ਵੀ ਕੀਤੀਆਂ ਕਿ ਸਕੂਲ ਜਾਣ ਲੱਗੇ ਢਿੱਡ ਪੀੜ ਹੋ ਜਾਣਾ ਬੁਖਾਰ ਚੜ ਜਾਣਾ ਇਹ ਬਹਾਨੇ ਲਗਾਉਣੇ ਹੈ ਨਾ ਤੇ ਪੜ੍ਹਨ ਦੇ ਲਈ ਅਸੀਂ ਬੜੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਉਣੇ ਤੇ ਜਦੋਂ ਕਦੇ ਖੇਡਣ ਜਾਣਾ ਹੈ ਨਾ ਗੁੱਡੀ ਵੀ ਇੱਦਾਂ ਕਰਦੀ ਖੇਡਣ ਜਾਣਾ ਤਾਂ ਦੋਸਤ ਦੇ ਕੋਲ ਪੜ੍ਹਨ ਚੱਲੇ ਹਾਂ ਜੀ ਇਹ ਕਹਿ ਕੇ ਜਾਣਾ ਬਟ ਉੱਥੇ ਜੀ ਸਹੇਲੀਆਂ ਨਾਲ ਜਾਂ ਦੋਸਤਾਂ ਨਾਲ ਖੇਡਣ ਲੱਗ ਜਾਣਾ ਇੱਦਾਂ ਗੁੱਡੀ ਕਰਦੀ ਹੈ ਨਾ ਇੱਦਾਂ ਹਾਂਜੀ ਦੀਦੀ ਮੈਂ ਬਹੁਤ ਕੀਤਾ ਦੀਦੀ ਸਕੂਲਾਂ 'ਚ ਨਾ ਇੰਜੈਕਸ਼ਨ ਹੁਣ ਨਹੀਂ ਕਰਦੀ ਗੁੱਡੀ ਮਤਲਬ ਹੁਣ ਸਿੰਸੀਅਰ ਹੋ ਗਈ ਆ ਨਹੀਂ ਦੀਦੀ ਹੁਣ ਫਿਰ ਹਨਾ ਵੀਰਾ ਨਹੀਂ ਨਾ ਪੜਦਾ ਮੇਰੇ ਨਾਲ ਅੱਛਾ ਹਾਂਜੀ ਵੀਰਾ ਹੁਣ ਵੱਡਾ ਹੋ ਗਿਆ ਫਿਰ ਹਾਂਜੀ ਦੀਦੀ ਵੀਰਾ ਤਾਂ ਫਿਰ ਉਹਨਾਂ ਨੂੰ ਡਿਊਟੀ ਤੇ ਵੀ ਜਾਣ ਲੱਗ ਗਿਆ ਅੱਛਾ ਫਿਰ ਹੁਣ ਗੁੱਡੀ ਇਕੱਲੀ ਫਿਰ ਗੁੱਡੀ ਦੇ ਦੋਸਤ ਨਹੀਂ ਹੈਗੇ ਦੀਦੀ ਹਾਂਜੀ ਹੈਗੇ ਆ ਪਰ ਮੇਰੀ ਸਾਰਿਆਂ ਨਾਲ ਗਹਿਰੀ ਦੋਸਤੀ ਆ ਜਿੱਦਣ ਪੰਗਾ ਪੈ ਜਾਏ ਨਾ ਫਿਰ ਨਹੀਂ ਪਤਾ ਲੱਗਦਾ ਕਿਹੜਾ ਦੋਸਤ ਹੈਗਾ ਕਿਹੜਾ ਨਹੀਂ ਅੱਛਾ ਵੱਡੇ ਛੋਟੇ ਦਾ ਤਾਂ ਲਿਹਾਜ਼ ਕਰਦੀ ਆ ਨਾ ਗੁੱਡੀ ਹਾਂਜੀ ਦੀਦੀ ਬਿਲਕੁਲ ਹੈ ਨਾ ਵੱਡਿਆਂ ਨੂੰ ਤਾਂ ਨਹੀਂ ਬੋਲਦੀ ਆ ਨਹੀਂ ਦੀਦੀ ਮੈਂ ਛੋਟਿਆਂ ਨੂੰ ਪਿਆਰ ਕਰਦੀ ਆ ਮੈਂ ਛੋਟਿਆਂ ਨੂੰ ਬਹੁਤ ਪਿਆਰ ਕਰਦੀ ਆ ਜਦੋਂ ਛੋਟੇ ਮੇਰੀ ਚੀਜ਼ ਖਰਾਬ ਕਰਨ ਹਨਾ ਐਂ ਕਰਕੇ ਕਸਾਉਣ ਵੀ ਚੜਦੇ ਹਥਿਆਰ ਪਹਿਲੇ ਹੀ ਖੜੇ ਹੁੰਦੇ ਆ ਤੁਹਾਡੀਆਂ ਬਚਪਨ ਦੀਆਂ ਯਾਦਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਗੁੱਡੀ ਉਦਾਂ ਜਦੋਂ ਖੇਤ ਜਾਂਦੇ ਹੁੰਦੇ ਸੀਗੇ ਆਪਾਂ ਤੇ ਰਸਤੇ ਦੇ ਵਿੱਚ ਐਦੀ ਖਾਣ ਪੀਣ ਨੂੰ ਮੂਲੀ ਲੱਗੀ ਹੋਵੇ ਹੈ ਨਾ ਦੀਦੀ ਮੈਂ ਬਹੁਤ ਪੱਟੀਆਂ ਨੇ ਮੂਲੀ ਮੇਰੀ ਦਾਦੀ ਕਹਿੰਦੀ ਸੀ ਨਾ ਹਨਾ ਕਈ ਵਾਰ ਮੇਰੀ ਦਾਦੀ ਗੁੱਸੇ ਚ ਆ ਕੇ ਕਹਿੰਦੀ ਸੀ ਨਾ
ਇਹਨੂੰ ਨਿਕਲਣੀ ਨੂੰ ਨਾਲ ਲੈ ਕੇ ਜਾਣਾ ਉਜਾੜਾ ਹੀ ਪਾ ਦਿੰਦੀ ਆ ਜੀ ਮੈਨੂੰ ਤਾਂ ਹੁਣ ਹੱਸਾ ਹੀ ਆ ਜਾਂਦਾ ਦੀਦੀ ਹਣਾ ਮੈਨੂੰ ਤੰਗ ਬਹੁਤ ਕਰਦੇ ਹੁਣੇ ਨਾ ਦਾਦੀ ਦੀਦੀ ਮੈਂ ਨਾ ਅਸੀਂ ਜਦੋਂ ਬਰਸੀਨ ਵੱਢਣ ਜਾਂਦੇ ਸੀ ਨਾ ਖੇਤ 'ਚ ਹਾਂ ਦੀਦੀ ਸਾਨੂੰ ਨਹੀਂ ਸੀ ਪਤਾ ਹੁੰਦਾ ਸਾਨੂੰ ਆਏ ਹੁੰਦਾ ਸੀ ਵੀ ਜੇ ਮੂਲੀ ਪੱਟ ਲਈ ਇਹਦੇ ਅੰਦਰ ਦੀ ਹੋਰ ਮੂਲੀ ਨਿਕਲ ਆਊਗੀ ਅੱਛਾ ਅਸੀਂ ਦੀਦੀ ਪੱਟ ਪੱਟ ਕੇ ਕਈ ਵਾਰ ਵੱਟ ਤੇ ਰੱਖ ਕੇ ਆਏ ਦੇਖਣ ਲੱਗ ਜਾਂਦੇ ਹੁੰਦੇ ਸੀ ਵੀ ਇੱਕ ਮੂਲੀ ਹੋਰ ਨਿਕਲੂਗੀ ਕਿ ਨਹੀਂ ਤੇ ਹਨਾ ਮੈਂ ਇੰਨੀ ਵੱਟ ਖਾਦੀ ਆ ਨਾ ਦੀਦੀ ਇੰਨੀ ਮੈਨੂੰ ਕੁੱਟ ਪਈ ਆ ਨਾ ਮੈਂ ਕਦੇ ਨਹੀਂ ਭੁੱਲ ਸਕਦੀ ਪਰ ਮੈਂ ਹੁਣ ਬਹੁਤ ਮਿਸ ਕਰਦੀ ਆ ਦੀਦੀ ਅੱਛਾ ਹੁਣ ਗੁੱਡੀ ਵੱਡੀ ਹੋ ਗਈ ਨਾ ਜਦੋਂ ਬਹੁਤ ਛੋਟੀ ਜੀ ਹੁੰਦੀ ਸੀ ਉਦੋਂ ਕੁੱਟ ਪੈਂਦੀ ਸੀ ਹਾਂਜੀ ਦੀਦੀ ਹਨਾ ਪਰ ਹੁਣ ਵੀ ਤਾਂ ਗੁੱਡੀ ਛੋਟੀ ਆ ਇੰਨੀ ਵੱਡੀ ਵੀ ਨਹੀਂ ਹੋਈ ਹੈਗੀ ਹਾਂ ਨਹੀਂ ਦੀਦੀ ਜਦੋਂ ਮੈਂ ਨਾ 6 ਸਾਲ ਦੀ ਸੀਗੀ ਮੈਂ ਦਾਦੀ ਨਾਲ ਕਿਤੇ ਖੇਤ ਜਾਣਾ ਪੈ ਗਿਆ ਬਾਪੂ ਜੀ ਨਾਲ ਹਨਾ ਮੇਰੀ ਭੂਆ ਹੁੰਦੀ ਸੀ ਉਦੋਂ ਤਾਂ ਵਿਆਹੀ ਵੀ ਨਹੀਂ ਸੀ ਭੂਆ ਮੇਰੀ ਮੇਰੀ ਭੂਆ ਨੇ ਮੈਨੂੰ ਬਹੁਤ ਪਿਆਰ ਕੀਤਾ ਅੱਛਾ ਦੀਦੀ ਜਦੋਂ ਮੈਂ ਕੋਈ ਸ਼ਰਾਰਤ ਕਰਦੀ ਸੀ ਭੂਆ ਮੇਰੀ ਆਈ ਬਾਲ ਫੜ ਲੈਂਦੀ ਸੀ ਗੋਡਿਆਂ 'ਚ ਦੇ ਲੈਂਦੀ ਸੀ ਇੰਨਾ ਦੁਖੀ ਕਰਦੀ ਸੀ ਨਾ ਮੈਨੂੰ ਅੱਛਾ ਜੀ ਚਲੋ ਠੀਕ ਹੈ ਗੁੱਡੀ ਆਪਣੇ ਖਾਣੇ ਦੇ ਵਿੱਚ ਇੱਕਦਮ ਮਸਤ ਆ ਉਹਨੂੰ ਐ ਕਿ ਮੈਂ ਆਪਣਾ ਚੂਰਨ ਜਿਹੜਾ ਲੈ ਕੇ ਮੈਂ ਖਾ ਲਵਾਂ ਹੈਨਾ ਬਸ ਰਹਿ ਨਾ ਜਾਵੇ ਕੋਈ ਖੋ ਨਾ ਲਵੇ ਮੇ ਤੋਂ ਹੈਨਾ ਹਾਂਜੀ ਦੀਦੀ ਚੂਰਨ ਇੱਕੋ ਇੱਕ ਐਸੀ ਚੀਜ਼ ਆ ਜਿਹਨੂੰ ਹਰੇਕ ਦਾ ਮਨ ਕਰੇ ਹੁੰਦਾ ਕਿ ਮੈਂ ਵੀ ਖਾਵਾਂ ਮੈਂ ਵੀ ਖਾਵਾਂ ਤੇ ਗਵਾਂਡੀਆਂ ਦਾ ਮੁੰਡਾ ਨਾ ਦੀਦੀ ਜਿਹੜਾ ਫੋਨ ਕਿਉਂ ਲੈ ਕੇ ਆਇਆ ਅੱਜ ਤਾਂ ਹੈ ਹੀ ਨਹੀਂ ਆਨਲਾਈਨ ਸਟੱਡੀ ਹੈ ਹੀ ਨਹੀਂ ਫੋਨ ਕਿਉਂ ਲੈ ਕੇ ਆਇਆ ਦੀਦੀ ਹੁਣ ਉਹ ਆ ਗਿਆ ਸੀਗਾ ਮੈਂ ਕਿਹਾ ਚੱਲ ਜੇ ਬੱਚੇ ਦੀ ਟਾਈਮ ਲੱਗ ਗਿਆ ਹਨਾ ਚੱਲ ਨੋਟਸ ਬਣਾ ਲੂੰਗੀ ਅੱਛਾ ਹਾਂਜੀ ਆ ਹਜੇ ਨੋਟਸ ਰਹਿੰਦੇ ਨੇ ਕੰਮ ਕਰ ਤਾਂ ਲਿਆ ਆਨਲਾਈਨ ਵਾਲਾ ਨਾਲੇ ਕੱਲ ਤੋਂ ਆਈ ਮੀਨ ਜਦੋਂ ਵੀ ਹੈ ਨਾ ਕਲਾਸਿਸ ਲਗਾਉਣੀਆਂ ਆਪਣੀਆਂ ਆਨਲਾਈਨ ਘਰੇ ਲਾ ਕੇ ਆਉਣੀਆਂ ਤੇ ਇੱਥੇ ਸਿਰਫ ਕਾਪੀ ਤੇ ਕੰਮ ਕਰਨਾ ਤੇ ਅੱਜ ਮੈਂ ਦੇਖਣਾ ਕਾਪੀ ਤੇ ਕਿਹੜਾ ਕਿਹੜਾ ਕੰਮ ਕੀਤਾ ਗੁੱਡੀ ਦੀਦੀ ਹਣਾ ਮੈਂ ਹੁਣ ਜਦੋਂ ਆਪਾਂ ਬ੍ਰੇਕ ਲਈ ਹਣਾ ਮੈਂ ਨਾ ਦੀਦੀ ਨੂੰ ਫੜਾ ਦੂੰ ਫੋਨ ਨਹੀਂ ਲੈਣ ਚਲੋ ਠੀਕ ਹੈ ਗੁੱਡੀ ਚਲੋ ਬਚਪਨ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਵੈਸੇ ਕਦੇ ਕਦੇ ਗੁੱਡੀ ਨਾ ਬਹੁਤ ਜਲਦੀ ਮੰਨ ਜਾਂਦੀ ਆ ਹਾਂਜੀ ਦੀਦੀ ਮੇਰੇ ਬਾਰੇ ਨਾ ਸਾਰਿਆਂ ਨੂੰ ਗਲਤ ਫਹਿਮੀਆਂ ਮੈਂ ਬਹੁਤ ਜਿੱਦੀ ਮੈਂ ਬਹੁਤ ਦੀਦੀ ਮੈਂ ਬਹੁਤ ਸਿਆਣੀ ਕੁੜੀ ਹਾਂ ਮੈਨੂੰ ਸਾਰੇ ਕੰਮ ਆਉਂਦੇ ਆ ਮੈਂ ਹਰ ਇੱਕ ਦੀ ਹੈਲਪ ਵੀ ਕਰ ਦਿੰਦੀ ਹਾਂ ਪਤਾ ਕਿੰਨਾ ਕਿੰਨਾ ਕੰਮ ਕਰ ਦਿੰਦੀ ਹਾਂ ਮੈਂ ਯੈਸ ਚਲੋ ਜੀ ਗੱਲਾਂ ਕਰਦੇ ਹਾਂ ਜੀ ਆਪਾਂ ਤੁਹਾਡੇ ਨਾਲ ਹੈਲੋ ਜੀ ਨਮਸਕਾਰ ਜੀ ਕੀ ਹਾਲ ਹੈ ਨਮਸਕਾਰ ਜੀ ਨਮਸਕਾਰ ਸਰ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਗੁੱਡੀ ਜੀ ਮੈਂ ਜੀ ਬਹੁਤ ਵਧੀਆ ਤੁਸੀਂ ਸੁਣਾਓ ਤੇ ਦੱਸੋ ਅੱਜ ਦਾ ਕੀ ਵਿਸ਼ਾ ਹੈ ਅੱਜ ਦਾ ਵਿਸ਼ਾ ਹੈਗਾ ਕਿ ਜਦੋਂ ਗੱਲ ਬਚਪਨ ਦੀ ਆਉਂਦੀ ਆ ਤਾਂ ਬਚਪਨ ਦਾ ਉਹ ਕਿਹੜਾ ਵੇਲਾ ਤੁਹਾਨੂੰ ਯਾਦ ਆਉਂਦਾ ਆ ਉਹ ਵੇਲਾ ਸਾਰਾ ਹੀ ਯਾਦ ਆਉਂਦਾ ਹੈ ਕਾਸ਼ ਅਸੀਂ ਅੱਜ ਵੀ ਬੱਚੇ ਹੁੰਦੇ ਕਿਉਂ ਜੀ ਗੁੱਡੀ ਜੀ ਹਾਂਜੀ ਬਿਲਕੁਲ ਮੈਂ ਤਾਂ ਤਾਈਓ ਦੱਸੀ ਜਾਨੀ ਅੰਕਲ ਸਾਰੀਆਂ ਹੀ ਗੱਲਾਂ ਵੀ ਬਚਪਨ ਤਾਂ ਸਭ ਤੋਂ ਪਿਆਰਾ ਹੁੰਦਾ ਇਹ ਜਾਣਾ ਨਹੀਂ ਚਾਹੀਦਾ ਕਦੇ ਵੀ ਉਹ ਗਾਣਾ ਨਹੀਂ ਸੀ ਬਚਪਨ ਕੇ ਦਿਨ ਭੁਲਾ ਨਾ ਦੇਣਾ ਆਜ ਐਸੇ ਕੱਲ ਰੁਲਾ ਨਾ ਦੇਣਾ ਕਿਆ ਮਜ਼ਾ ਸੀ ਬਚਪਨ ਚ ਸਹੀ ਗੱਲ ਜੀ ਕੋਈ ਫਿਕਰ ਨਹੀਂ ਡਿਫਰੈਂਟ ਸੀ ਅੱਜ ਦਾ ਅੱਜ ਕੱਲ ਬਚਪਨ ਫੇਕ ਹੋ ਗਿਆ ਹਾਂਜੀ ਹਰ ਚੀਜ਼ ਫੇਕ ਹੋ ਗਈ ਹਾਂਜੀ ਮਹੱਲਿਆਂ ਚ ਰਹਿੰਦੇ ਸੀ ਔਰ ਸਾਰੇ ਮਹੱਲੇ ਵਾਲੇ ਇੱਕ ਦੂਸਰੇ ਨੂੰ ਜਾਣਦੇ ਵੀ ਸੀ ਉਹਨਾਂ ਦੇ ਬੱਚਿਆਂ ਨੂੰ ਵੀ ਜਾਣਦੇ ਸੀ ਉਹਨਾਂ ਨੂੰ ਉਹ ਮਹੱਲੇਦਾਰ ਐਸੇ ਸੀ ਤੁਹਾਡੇ ਪੂਰੇ ਖਾਨਦਾਨ ਨੂੰ ਮੈਂ ਕਦੀ ਜਾਣਾ ਨਾ ਤੇ ਉਹ ਪੁਰਾਣੀ ਗੱਲਾਂ ਦੱਸ ਦਿੰਦੇ ਨੇ ਅੱਜ ਕੱਲ ਦੇ ਮਹੱਲੇਦਾਰ ਨੂੰ ਐ ਨੀ ਪਤਾ ਹੁੰਦਾ ਨਾਲ ਵਾਲਾ ਕੌਣ ਨਾਲ ਵਾਲਾ ਕਿਹੜਾ ਬਿਲਕੁਲ ਜੀ ਮਜ਼ਾ ਹੀ ਨਹੀਂ ਰਿਹਾ ਮੈਂ ਮੇਰਾ ਬੜਾ ਦਿਲ ਕੀਤਾ ਸੀ ਲਾਸਟ ਟਾਈਮ ਮੇਰੇ ਮਾਮੂ ਦਾ ਬੇਟਾ ਹੈ ਉਹਨੂੰ ਮੈਂ ਕਿਹਾ ਯਾਰ ਮੇਰਾ ਇੱਕ ਕੰਮ ਕਰਨਾ ਕਹਿੰਦਾ ਦੱਸੋ ਮੈਂ ਉਹ ਪੁਰਾਣਾ ਮਹੱਲਾ ਵੇਖਣਾ ਚਾਹੁੰਦਾ ਕਹਿੰਦਾ ਰਸ਼ ਬੜਾ ਹੋ ਗਿਆ ਤੁਸੀਂ ਐਸਾ ਨਾ ਕਰੋ ਇਤਵਾਰ ਨੂੰ ਸੰਡੇ ਵਾਲੇ ਦਿਨ ਤੁਸੀਂ 8 ਵਜੇ ਤਿਆਰ ਰਹਿਣਾ ਮੈਂ ਤੈਨੂੰ ਪਹਿਲੇ ਹਲਵਾ ਪੂੜੀ ਖਿਲਾਵਾਂਗਾ ਉਸੀ ਮਹੱਲੇ ਚੱਲ ਕੇ ਮੈਂ ਕਿਹਾ ਵਾਹ ਬਈ ਯਾਸ਼ੀ ਫਿਰ ਅਸੀਂ ਕਹਿੰਦੇ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਤੇ ਕਦੀ ਨਹੀਂ ਬੈਠਿਆ ਜ਼ਿੰਦਗੀ ਚ ਮੋਟਰਸਾਈਕਲ ਚ ਬਹਿ ਜਾਓਗੇ ਮੈਂ ਕਿਹਾ ਹਾਂ ਬਹਿ ਜਾਵਾਂਗੇ ਕਿਉਂਕਿ ਅੰਦਰੂਨੇ ਸ਼ਹਿਰ ਜਾਣਾ ਉੱਥੇ ਤੇ ਮੋਟਰਸਾਈਕਲ ਹੀ ਜਾਏਗੀ ਗਲੀਆਂ ਚ ਉਹ ਗਲੀਆਂ ਨਹੀਂ ਆ ਪਤਲੀਆਂ ਨੇ ਰਕਸ਼ਾ ਵੀ ਨਹੀਂ ਜਾ ਸਕਦਾ ਸਿਰ ਮੋਟਰਸਾਈਕਲ ਜਾ ਸਕਦੀ ਓਕੇ ਤੇ ਮੈਂ ਕਿਹਾ ਠੀਕ ਹੈ ਆਈ ਐਮ ਰੈਡੀ ਓਕੇ ਤੇ ਮੇਰੀ ਅੰਮੀ ਚੌਧਰੀ ਦੀ ਸੀ ਨਾ ਚੌਧਰੀ ਫੈਮਿਲੀ ਤੋਂ ਜੀ ਤੋ ਚੌਧਰੀ ਦਾ ਮਹੱਲਾ ਹੈ ਓਕੇ ਉਹ ਫਿਰ ਮੈਨੂੰ ਲੈ ਗਿਆ ਪੁਰਾਣਾ ਇਲਾਕਾ ਮਾਂ ਨਾ ਮਜ਼ਾ ਆਇਆ ਮੈਂ ਸਾਰੀ ਵੀਡੀਓ ਬਣਾਈ ਹਰ ਚੀਜ਼ ਦੀ ਪ੍ਰਜਰਵ ਕਰ ਲਈ ਅੰਕਲ ਜੀ ਤੁਸੀਂ ਅੰਦਰੂਨ ਲਾਹੌਰ ਘੁੰਮਿਆ ਸੀ ਹਾਂਜੀ ਤੁਸੀਂ ਅੰਦਰੂਨ ਲਾਹੌਰ ਘੁੰਮਿਆ ਹਾਂ ਅੰਦਰੂਨ ਲਾਹੌਰ ਜਿਹੜਾ ਅੰਦਰੂਨ ਲਾਹੌਰ ਇੱਕ ਦੋ ਨੇ ਮੇਰੀ ਅੰਮੀ ਸੀ ਕਿਲੋਜੀਤ ਸਿੰਘ ਦੀ ਉਹ ਜ਼ਰਾ ਲਾਹੌਰ ਮਤਲਬ ਲਾਹੌਰ ਬਿਲਕੁਲ ਅੰਦਰੂਨ ਤੋਂ ਜ਼ਰਾ ਹਾਂਜੀ ਜ਼ਰਾ ਬਾਹਰ ਨਿਕਲ ਕੇ ਸੀ ਉਹ ਅੰਕਲ ਗਲੀ ਸੁਰਜਨ ਸਿੰਘ ਵਾਲੀ ਕਿਲੇ ਦੇ ਅੰਦਰ ਸੀ ਅੰਕਲ ਗਲੀ ਸੁਰਜਨ ਸਿੰਘ ਵਾਲੀ ਵੀ ਤੇ ਮੇਰੀ ਜਿਹੜੀ ਵਾਈਫ ਹੈ ਉਹ ਪਾਰਟੀ ਗੇਟ ਦੀ ਹੈ ਪਾਰਟੀ ਗੇਟ ਅੰਦਰੂਨੇ ਸ਼ਹਿਰ ਕਹਿੰਦਾ ਠੀਕ ਹੈ ਜੀ ਉਧਰ ਮਤਲਬ ਉੱਥੇ ਗਟਕਾਰਾਂ ਵਾਰਾਂ ਚਲੀ ਜਾਂਦੀਆਂ ਨੇ ਮਤਲਬ ਇੰਨਾ ਚੌੜਾ ਨਹੀਂ ਹੈ ਉਹ ਬਾਦਸ਼ਾਹੀ ਮਸਜਿਦ ਦੇ ਨਾਲ ਹੈ ਇਲਾਕਾ ਉਹ ਸਾਰਾ
मगर मजा आया उते सारी खान दी बेस्ट जगह उते ही ने जो भी मिठाई ले लो दही ले लो जो भी बचपन दे छोटे मोटे टोटके जेरे उस सारे उते मिल दे ना और किते नहीं मिलेंगे ता और साफ सुथरा खाना होंदा है लोग भी अच्छे होंदे लंगो ओ बाबू जी की हाल है बड़े अरसे बाद नजर आए हो स्कूल जाते होंगे तुर के जाते अजकल यूनो गड्डिया आ गई या बहुत सारिया कन्वेंस या सुविधावां आ गई पहला नहीं होंदिया सीगिया पहले महल्ले दे विच पूरे महल्ले च एक गड्डी होंदी सी किसी दे घर ओके बाकी असीं ते चाहते सी कि यार काश साडे वी गड्डी होंदी मगर हुण असीं लुक बैक करने कि भाई विद द टाइम हुण ते सारे लोग अफोर्ड कर लैंदे ने पर वधिया गड्डी नहीं हुंदी सी उदों जो निकल के बाहर कोठियां पा लईयां इस तरह हो गया ना जी 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 बस यादां ही रह गईयां हुण यादां ही रह गईयां बिल्कुल बट चंगा लग्गिया जी तुसीं गल्लां कीतियां बहुत बहुत शुक्रिया सर थैंक यू सर जी थैंक यू जी थैंक यू सो मच थैंक यू सो मच अच्छा तो इदा भी हुंदा सीगा या फिर जदों स्कूल जाना ना एक ने घरों निकलना दूजे नू गेट खड़का देना दूजे नू बुला लेना दोनों ने तीजे नू बुला लेना तीजे ने मतलब कि सारे ने इकट्ठे हो के हां जी दीदी मैं भी थोनू गल दसदी हां जदों असीं पिंड हुंदे सी ना मैनूं उत्थे हिटलर दीदी कहंदे हुंदे सी हिटलर दीदी कहंदे सीगे मैं सारिआं नू ना घरों लैके जांदी हुंदी सीगी हां ते राह च बटदी भी बहुत हुंदी ओहो हां दीदी क्योंकि हां तुरदे ही नहीं सुनते मैं घरों पहला तैयार हो जाना भी मैं ठेका थोड़ी चुकया हुआ सारे का सारा घरों लैके जाना फिर स्कूल उतों घरे लिया जिम्मेवारी इन जिम्मेवारियां मैं कली ने किनिया चुकिया ना सा दीदी है भी सर जिम्मेवारी चक लेगी हां जी दीदी फिर है ना तंग तो नहीं करना चाहिए जो कोई बंदा जिम्मेवारी चक ले हाँ तंग कौन करता सी गुड्डी नू भला दीदी उत्थे है ना जवाक क्रॉच कह दिया करना असीं नलके तो पानी भी लिए ਅਸੀਂ ਉੱਥੇ ਖੜਜੀਏ ਰਸਤੇ 'ਚ ਚੂਰਨ ਲੈ ਲਈਏ ਸੰਤਰੇ ਵਾਲੀਆਂ ਗੋਲੀਆਂ ਲੈ ਲਈਏ ਸਾਰੇ ਟਾਈਮ 'ਚ ਅਸੀਂ ਖਰਾਬ ਕਰ ਦਿੰਦੇ ਸੀ ਦੀਦੀ ਹੁਣ ਕਈ ਵਾਰ ਉਹਨਾਂ ਕੋਲ ਪੈਸੇ ਨਹੀਂ ਸੀ ਹੁੰਦੇ ਮੇਰੇ ਹੁਣ ਮੇਰੇ 2-3 ਰੁਪਏ ਚੱਲ ਜਾਂਦੇ ਸੀ ਅੱਛਾ 1 ਰੁਪਏ ਦੀਆਂ 4 ਟੋਫੀਆਂ ਹੁੰਦੀਆਂ ਸੀ ਜਾਂ 8 ਹੁੰਦੀਆਂ ਸੀਗੀਆਂ ਉਦੋਂ ਦੀਦੀ ਹੁਣ ਇੱਕ ਅੰਕਲ ਹੁੰਦੇ ਸੀ ਉਹਨਾਂ ਦੇ ਅੰਬ ਵਾਲੀਆਂ ਟੋਫੀਆਂ 8 ਮਿਲਦੀਆਂ ਹੁੰਦੀਆਂ ਸੀ 1 ਰੁਪਏ ਦੀਆਂ ਇੱਕ ਅੰਕਲ ਬਹੁਤ ਕੰਜੂਸ ਸੀਗੇ ਹੁਣ ਇੱਥੋਂ ਨਹੀਂ ਝਾਕਦੇ ਹੁੰਦੇ ਸੀ ਆ ਗਈ ਚੜੇਲੇ ਆਏ ਕਹਿੰਦੇ ਹੁੰਦੇ ਸੀ ਉਹਨਾਂ 4 ਟੋਫੀਆਂ ਆਏ ਰੱਖ ਦਿੰਦੇ ਸੀ ਨਾ ਸੜੂ ਅੰਕਲ ਸੀ ਮੈਨੂੰ ਤਾਂ ਜਮਾਂ ਚੰਗਾ ਨਹੀਂ ਸੀ ਲੱਗਦਾ ਮਜਬੂਰੀ ਹੁੰਦੀ ਸੀ ਕਈ ਵਾਰ ਉਹਦੀ ਦੁਕਾਨ ਤੇ ਜਾਣਾ ਪਾਗਲ ਜਿਹਾ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਗਲੀਆਂ ਦੇ ਵਿੱਚ ਉਹ ਨਹੀਂ ਆਉਂਦੇ ਹੁੰਦੇ ਸੀਗੇ ਸਾਈਕਲ ਤੇ ਲੱਛਿਆਂ ਵਾਲੇ ਲੱਛਿਆਂ ਵਾਲੇ ਜਿਹਨੂੰ ਕਹਿੰਦੇ ਹੁੰਦੇ ਸੀ ਬੁੱਢੀ ਮਾਈ ਦਾ ਝਾਟਾ ਬਣਾ ਕੇ ਲੈ ਕੇ ਆਉਂਦੇ ਹਾਂ ਉਹ ਵੀ ਤੇ ਇੱਕ ਹੋਰ ਆਉਂਦੇ ਹੁੰਦੇ ਸੀਗੇ ਜਿਹੜੀ ਕਬਾੜ ਵਿੱਚ ਇਦਾਂ ਕਹਿੰਦੇ ਹੁੰਦੇ ਸੀਗੇ ਤੇ ਉਹਨਾਂ ਕੋਲ ਭੂਕਨੇ ਹੁੰਦੇ ਸੀਗੇ ਹਾਂਜੀ ਉਹਨਾਂ ਨੂੰ ਉਂਗਲਾਂ ਤੇ ਚੜਾ ਕੇ ਉਂਗਲੀਆਂ ਤੇ ਚੜਾ ਕੇ ਹਾਂ ਮੈਂ ਗੱਲ ਦੱਸਦੀ ਹਾਂ ਉਂਗਲਾਂ ਤੇ ਚੜਾ ਕੇ ਵੀਰੇ ਨੂੰ ਡਰਾਈ ਜਾਂਦੀ ਸੀਗੀ ਹਨਾ ਤੇ ਮੇਰੀ ਭੂਆ ਨੇ ਹੱਥ ਫੜ ਕੇ ਦੰਦੀ ਵੱਡੀ ਇੱਥੇ ਮੇਰੇ ਹਨਾ ਨਾਲੇ ਤਾਂ ਉਹ ਮੇਰਾ ਭੂਕਣਾ ਵੀ ਸਾਰਾ ਖਾ ਗਏ ਤੇ ਨਾਲੇ ਮੇਰੇ ਗੁੱਤਾਂ ਵੀ ਪੱਟਤੀਆਂ ਨਾਲ ਮੇਰੇ ਤੇ ਨਾਲੇ ਮਤਲਬ ਕਿ ਉਂਗਲ ਵੀ ਹਨਾ ਦਰਦ ਹੋਈ ਮੈਨੂੰ ਤਾਂ ਆਈ ਨਹੀਂ ਸੀ ਸਮਝ ਆਉਂਦੀ ਵੀ ਮੇਰੇ ਘਰ ਦੇ ਮੇਰੇ ਤੇ ਹੱਥ ਕਾਹਤੋਂ ਖੋਲਦੀ ਸੀ ਮਾੜੀ ਜੀ ਕੋਈ ਸ਼ਰਾਰਤ ਹੋ ਜਾਂਦੀ ਸੀ ਉੱਥੇ ਹੀ ਗੁੱਤਾਂ ਤੋਂ ਫੜ ਲੈਂਦੀ ਸੀ ਤੇ ਪਤਾ ਨਾ ਫਿਰ ਸ਼ਰਾਰਤੀ ਤੇ ਇਹੀ ਹੈ ਨਾ ਸਾਰੀਆਂ ਗਲਤੀਆਂ ਇਹੀ ਕਰਦੀ ਨਾਮ ਦੂਜਿਆਂ ਦਾ ਲੱਗ ਜਾਂਦਾ ਹੈ ਦੀਦੀ ਫਿਰ ਉਦੋਂ ਹੁਣ ਜਿੰਨਾਂ ਕੋਲ ਫੱਟੀਆਂ ਹੁੰਦੀਆਂ ਸੀਗੀਆਂ ਫੱਟੀ ਮਾਰ ਕੇ ਸਰ ਵੀ ਪਾੜ ਦਿੰਦੀ ਹਾਂਜੀ ਇਹ ਲੜਾਈ ਵਾਲੀਆਂ ਗੱਲਾਂ ਨਹੀਂ ਨਾ ਮੈਂ ਤਾਂ ਜਦ ਨਹੀਂ ਤਾਜ਼ੀਆਂ ਕਰਦੀ ਹਾਂ ਕਿਉਂਕਿ ਮੇਰਾ ਮੇਰਾ ਵੀਰਾ ਹੁਣ ਬਿਮਾਰ ਰਹਿੰਦਾ ਹੁੰਦਾ ਸੀ ਛੋਟਾ ਹੁੰਦਾ ਮੈਨੂੰ ਉਹਦਾ ਬਹੁਤ ਧਿਆਨ ਰੱਖਣਾ ਪੈਂਦਾ ਸੀਗਾ ਜੇ ਉਹਦੇ ਉਹਦੇ ਨਾਲ ਕੋਈ ਧੱਕੇ ਨਾ ਬੈਠਣ ਦੀ ਕੋਸ਼ਿਸ਼ ਕਰਦਾ ਸੀ ਮੈਂ ਆਈ ਫੜ ਕੇ ਆਈ ਸੁੱਟ ਦਿੰਦੀ ਸੀ ਹੁਣ ਤਾਂ ਹੱਸਾ ਹੀ ਆਈ ਜਾਂਦਾ ਸੱਚੀ ਸਾਰੀਆਂ ਗੱਲਾਂ ਹੀ ਸੱਚੀਆਂ ਕਰਨੀਆਂ ਮੈਂ ਕੋਈ ਝੂਠ ਨਹੀਂ ਮਾਰਦੀ ਹਾਂਜੀ ਦੀਦੀ ਪਰ ਮੈਂ ਲੜਦੀ ਨਹੀਂ ਹਾਂ ਨਾ ਜਦੋਂ ਕੋਈ ਮੇਰੇ ਆਪਣਿਆਂ ਨੂੰ ਤੰਗ ਪਰੇਸ਼ਾਨ ਕਰਦਾ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਹਾਂਜੀ ਹਾਂ ਫਿਰ ਬਿਲਕੁਲ ਗੁੱਡੀ ਜਮਾਂ ਬਰਦਾਸ਼ਤ ਨਹੀਂ ਕਰਦੀ ਹੈਗੀ ਫਿਰ ਗੁੱਡੀ ਨਹੀਂ ਦੇਖਦੀ ਕੌਣ ਹੈ ਜੇ ਤੁਸੀਂ ਆਪਣਿਆਂ ਨੂੰ ਤੰਗ ਕਰੋਗੇ ਤਾਂ ਆਪਣੇ ਲਈ ਵੈਸੇ ਵੀ ਸਟੈਂਡ ਲੈਣਾ ਚਾਹੀਦਾ ਹਾਂਜੀ ਦੀਦੀ ਬਾਕੀ ਜੀ ਹਾਂ ਬਾਕੀ ਗੱਲਾਂ ਰਹੀਆਂ ਤੁਹਾਡੀਆਂ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਕਿ ਤੁਹਾਨੂੰ ਜਦੋਂ ਬਚਪਨ ਦੀ ਗੱਲ ਆਉਂਦੀ ਹੈ ਜਦੋਂ ਬਚਪਨ ਦੀ ਕੋਈ ਗੱਲ ਕਰਦਾ ਆ ਵੀ ਬਚਪਨ ਦੀ ਉਹ ਯਾਦ ਬਚਪਨ 'ਚ ਆਹ ਗੱਲ ਹੋਈ ਆ ਬਚਪਨ 'ਚ ਇੱਦਾਂ ਸੀ ਯੂਨੋ ਅੱਜ ਮੈਂ ਆ ਰਹੀ ਸੀ ਨਾ ਮੈਂ ਅਤੇ ਮੇਰੀ ਫਰੈਂਡ ਆ ਰਹੇ ਸੀਗੇ ਅਤੇ ਪਤਾ ਜਾ ਰਹੇ ਸੀਗੇ ਅਤੇ ਗੱਲ ਪਤਾ ਕੀ ਹੋਈ ਉੱਥੇ ਨਾ ਇੱਕ ਮਤਲਬ ਕਿ ਅੰਕਲ ਸੀਗੇ ਅਤੇ ਉਹਨਾਂ ਦੀਆਂ ਦੋ ਬੇਟੀਆਂ ਪਿੱਛੇ ਬੈਠੀਆਂ ਸੀ ਸਕੂਟਰ 'ਤੇ ਮੈਨੂੰ ਗੱਲ ਯਾਦ ਆ ਗਈ ਇੱਕਦਮ ਇੱਕ ਸੈਂਟਰ ਦੇ ਵਿੱਚ ਥੋੜ੍ਹੀ ਛੋਟੀ ਕੁੜੀ ਬੈਠੀ ਸੀ ਅਤੇ ਉਸ ਤੋਂ ਪਿੱਛੇ ਇੱਕ ਵੱਡੀ ਕੁੜੀ ਬੈਠੀ ਸੀਗੀ ਅਤੇ ਮੈਂ ਅਤੇ ਮੇਰੀ ਦੋਸਤ ਗੱਲ ਕਰ ਰਹੇ ਸੀਗੇ ਵੀ ਇਹ ਪੀਰੀਅਡ ਕਿੰਨਾ ਵਧੀਆ ਨਾ ਵੀ ਇਹ ਜਿਹੜਾ ਸਮਾਂ ਲੰਘ ਰਿਹਾ ਉਹ ਕਿੰਨਾ ਵਧੀਆ ਹੁੰਦਾ ਆ ਦੀਦੀ ਹੈ ਨਾ ਤੁਸੀਂ ਸਾਰਿਆਂ ਦੀਆਂ ਗੱਲਾਂ ਕਰਦੇ ਹੋ ਕਿੰਨਾ ਵਧੀਆ ਮੈਂ ਸਕੂਲੋਂ ਇੰਨਾ ਭਾਰੀ ਬਸਤਾ ਲੈ ਕੇ ਆਉਂਦੀ ਹਾਂ ਕਿਤੇ ਮੈਨੂੰ ਕਿਹਾ ਗਾ ਵੀ ਹੈ ਨਾ ਇਹਨਾਂ ਦਾ ਸਮਾਂ ਇੰਨਾ ਵਧੀਆ
ਮੇਰੀ ਤਾਂ ਦੀਦੀ ਕਦੇ ਤਾਰੀਫ ਨਹੀਂ ਕਰਦੇ ਹੁਣ ਕਰੇਲਿਆਂ ਪਿੱਛੇ ਪੇ ਦਿੰਦੇ ਬਸਤਾ ਵੀ ਚੁੱਕ ਕੇ ਲੈ ਕੇ ਆਉਂਦੀ ਆ ਗੁੱਡੀ ਫਿਰ ਗੁੱਡੀ ਕਿੰਨਾ ਕੰਮ ਕਰਦੀ ਆ ਸਾਰਾ ਯੂਨੋ ਲਿਖਦੀ ਆ ਉਸ ਤੋਂ ਬਾਅਦ ਫਿਰ ਫੋਨ 'ਤੇ ਔਨਲਾਈਨ ਵੀ ਕੰਮ ਕਰਨਾ ਆ ਫਿਰ ਗੁੱਡੀ ਤਿਆਰ ਹੋ ਕੇ ਵੀ ਕਿੰਨਾ ਕੰਮ ਕਰਦੀ ਸੋਹਣੀ ਲੱਗਦੀ ਆ ਹੈ ਨਾ ਹਾਂਜੀ ਦੀਦੀ ਹਾਂਜੀ ਦੀਦੀ ਇੱਕ ਗੱਲ ਹੋਰ ਦੱਸਾਂ ਹੋਰ ਮੈਂ ਤਾਰੀਫ ਕਰਾਂ ਗੁੱਡੀ ਕਿ ਨਹੀਂ ਬਹੁਤ ਨਹੀਂ ਦੀਦੀ ਹੁਣ ਵਾਲੀ ਤਾਰੀਫ ਨਾ ਬੰਦੇ ਨੂੰ ਪਿੱਛੇ ਹੀ ਲੈ ਜਾਂਦੀ ਆ ਤੁਸੀਂ ਆਪੇ ਕਿਹਾ ਸੀ ਤਾਰੀਫ ਨਹੀਂ ਕਰਦੇ ਤਾਂ ਨਹੀਂ ਉਹ ਤਾਂ ਠੀਕ ਆ ਹਨਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਹਨਾ ਮੇਰੇ ਨਾ ਵੱਡੇ ਕਹਿੰਦੇ ਹੁੰਦੇ ਸੀ ਬਜ਼ੁਰਗ ਵੀ ਮਾੜਾ ਦੇਖ ਕੇ ਲੜੀਏ ਨਾ ਤੇ ਤਕੜਾ ਦੇਖ ਕੇ ਡਰੀਏ ਨਾ ਸਮਝ ਲੱਗ ਗਈ ਤੇਰੀ ਗੱਲ ਬਿਲਕੁਲ ਜੀ ਕੰਫੀਡੈਂਸ ਤੋਂ ਉੱਪਰ ਕੁਛ ਨਹੀਂ ਆ ਹਾਂਜੀ ਤੁਸੀਂ ਸਹੀ ਹੋ ਤੇ ਤੁਹਾਡੇ ਚ ਕੰਫੀਡੈਂਸ ਆ ਨਾ ਦੈਨ ਐਵਰੀਥਿੰਗ ਵਿਲ ਬੀ ਫਾਈਨ ਉਹ ਜਿਹੜਾ ਤੁਹਾਡਾ ਮੋਰੈਲ ਆ ਜਿਹੜਾ ਹਾਈ ਹੋਣਾ ਚਾਹੀਦਾ ਆ ਚਾਹੇ ਕੋਈ ਬੰਦਾ ਅੱਗੋਂ ਤੁਹਾਨੂੰ ਸਹੀ ਬੋਲਦਾ ਪਿਆ ਚਾਹੇ ਗਲਤ ਬੋਲਦਾ ਪਿਆ ਬਟ ਤੁਹਾਨੂੰ ਪਤਾ ਤੁਸੀਂ ਸਹੀ ਹੋ ਨਾ ਆਪਣੀ ਜਗ੍ਹਾ ਤੇ ਤਾਂ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਸੋ ਲੇਟੈਸਟ ਇੱਕ ਗੱਲ ਹੋਈ ਸੀਗੀ ਮੇਰੇ ਦੋਸਤ ਆ ਉਹਨੇ ਨਾ ਕੋਈ ਕੰਮ ਸੀਗਾ ਉਹਨੇ ਕੋਈ ਕੰਮ ਕਰਵਾਉਣਾ ਸੀ ਚਲੋ ਇਹ ਬਚਪਨ ਦੀ ਨਹੀਂ ਚਲੋ ਇਹ ਵੈਸੇ ਨੋਰਮਲ ਹੀ ਗੱਲ ਕਰ ਰਹੀ ਹੈ ਅਤੇ ਉਹਨਾਂ ਨੇ ਨਾ ਕੁਛ ਗਲਤ ਕੀਤਾ ਸੀ ਪੋਸਟ ਗਲਤ ਪਾਤੀ ਸੀਗੀ ਕਾਇੰਡ ਆਫ ਕਿਸੇ ਬਾਰੇ ਗਲਤ ਬੋਲਤਾ ਸੀ ਅਤੇ ਮੇਰੇ ਦੋਸਤ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਨਾ ਆਹ ਚੀਜ਼ ਤੁਹਾਨੂੰ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਆਪਾਂ ਇਕੱਠੇ ਕੰਮ ਕਰਦੇ ਹਾਂ ਇਹ ਕਾਇੰਡ ਆਫ ਕਹਿੰਦੇ ਨੇ ਮੈਨੂੰ ਗੁੱਸਾ ਸੀਗਾ ਉਹ ਕਹਿੰਦੇ ਜੇ ਤੁਹਾਨੂੰ ਗੁੱਸਾ ਸੀ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਥੋੜ੍ਹੀ ਨਾ ਕੱਢੋਗੇ ਤੁਸੀਂ ਮੈਨੂੰ ਫੋਨ ਕਰੋ ਜੇ ਮੈਂ ਤੁਹਾਨੂੰ ਕੁਛ ਤੁਹਾਡੀ ਉਹ ਗੱਲ ਨਾ ਪੁਗਾਈ ਜਾਂ ਗੱਲ ਨਾ ਸੌਟ ਆਊਟ ਕੀਤੀ ਫਿਰ ਗੱਲ ਵੱਖਰੀ ਆ ਸੋ ਕਈ ਵਾਰ ਗੱਲਾਂ ਕਰਨ ਦੀਆਂ ਚੀਜ਼ਾਂ ਸੌਟ ਆਊਟ ਹੋ ਜਾਣਗੀਆਂ ਐਜ਼ ਵੈਲ ਤੁਹਾਡੇ 'ਚ ਕੰਫੀਡੈਂਸ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਹੀ ਹੋ ਬਿਲਕੁਲ ਸਹੀ ਗੱਲ ਹੁਣ ਗੁੱਡੀ ਜੇ ਇੰਨਾ ਭਾਰਾ ਬੈਗ ਲੈ ਕੇ ਜਾਂਦੀ ਆ ਗੁੱਡੀ ਕੰਮ ਕਰਦੀ ਆ ਸਭ ਕੁਛ ਗੁੱਡੀ ਨੂੰ ਪਤਾ ਹੈ ਕਿ ਉਹ ਸਹੀ ਆ ਹੁਣ ਗੁੱਡੀ ਨੂੰ ਪਤਾ ਕਰੇਲੇ ਤਾਂ ਹੋ ਗਏ ਨੇ ਨਾ ਭਾਵੇਂ ਟੇਢੇ ਮੇਢੇ ਨੇ ਹੋ ਤਾਂ ਗਏ ਨੇ ਨਾ ਗੱਲ ਕੁਛ ਵੀ ਆ ਜਦੋਂ ਕੋਈ ਬੰਦਾ ਘੁਮਾ ਘੁਮਾ ਕੇ ਗੱਲਾਂ ਉੱਥੇ ਹੀ ਲਿਆਉਂਦਾ ਨਾ ਫਿਰ ਗੁੱਸਾ ਹੀ ਚੜਦਾ ਗੁੱਸਾ ਹੀ ਆਉਂਦਾ ਬਚਪਨ ਦੇ ਵਿੱਚ ਨਾ ਕੋਈ ਸਮਝ ਨਹੀਂ ਸਮਝ ਤਾਂ ਹੁੰਦੀ ਆ ਆਈ ਮੀਨ ਟੂ ਸੇ ਮਾੜੀ ਮੋਟੀ ਜਿੱਦਾਂ ਵੀ ਆ ਸਾਨੂੰ ਕੋਈ ਟੈਨਸ਼ਨ ਜੀ ਨਹੀਂ ਹੁੰਦੀ ਸਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਦੀਦੀ ਉਹ ਪੀਰੀਅਡ ਸਭ ਤੋਂ ਚੰਗਾ ਹੁੰਦਾ ਗੱਲ ਖਤਮ ਹੋ ਗਈ ਹਾਂਜੀ ਹੋ ਗਈ ਮੈਨੂੰ ਤੁਹਾਡੀ ਗੱਲ ਅੱਛੀ ਗੱਲ ਯਾਦ ਆ ਗਈ ਤੁਸੀਂ ਕਿਹਾ ਬਹੁਤ ਸੋਹਣੀ ਚੀਜ਼ ਹੁੰਦੀ ਆ ਦੀਦੀ ਹਨਾ ਸਕੂਲ ਤੋਂ ਪਹਿਲਾਂ ਤਾਂ ਦੇਖ ਕੇ ਮੈਨੂੰ ਬੁਖਾਰ ਚੜ ਜਾਂਦਾ ਹੁੰਦਾ ਸੀ ਹਰ ਰੋਜ਼ ਸਿਰ ਦੁਖਦਾ ਹੁੰਦਾ ਸੀ ਤੇ ਭੂਆ ਇੱਥੋਂ ਚੁੰਡੀ ਤੋਂ ਫੜ ਕੇ ਸੱਟ ਕੇ ਆਉਂਦੀ ਹੁੰਦੀ ਸੀਗੀ ਸਾਈਕਲ ਤੇ ਬਿਠਾ ਕੇ ਹਨਾ ਛੱਡ ਆਉਂਦੀ ਸੀ ਵੱਡੇ ਪਾਪਾ ਜੀ ਸਕੂਲ 'ਚ ਹੈੱਡ ਮਾਸਟਰ ਸੀਗੇ ਉਹ ਮੈਨੂੰ ਨਾਲ ਨੀਸ ਲੈ ਕੇ ਜਾਂਦੇ ਲੇਟ ਲੈ ਕੇ ਜਾਂਦੇ ਸੀ ਵੀ ਚਲੋ ਛੋਟੀ ਆ ਵੀ ਇਹ ਬਾਅਦ 'ਚ ਆ ਜੂਗੀ ਇਹਨੂੰ ਕਰਦੇ ਸੱਟ ਜਾਣਗੇ ਦੀਦੀ ਭੂਆ ਹੁਣ ਸਾਰੇ ਰਾਹ ਮੈਨੂੰ ਥੱਪੜਾਂ ਨਾਲ ਸੇਕਦੀ ਹੋ ਜਾਂਦੀ ਹੁੰਦੀ ਸੀ ਤੇ ਅੱਜ ਗੁੱਡੀ ਠੀਕ ਹੈ ਮੈਂ ਤੁਹਾਡੀ ਗੱਲ ਇੱਥੇ ਕੱਟ ਰਹੀ ਹਾਂ ਗੱਲ ਕੰਟੀਨਿਊ ਕਰਿਓ ਬਟ ਅੱਜ ਕੱਲ੍ਹ ਤੁਸੀਂ ਕਿਸੇ ਨੂੰ ਟੱਚ ਵੀ ਨਹੀਂ ਕਰ ਸਕਦੇ ਬੱਚਿਆਂ ਨੂੰ ਜੇ ਉਹਨਾਂ ਨੇ ਕਹਿਤਾ ਸਕੂਲ ਨਹੀਂ ਜਾਣਾ ਤਾਂ ਨਹੀਂ ਜਾ ਸਕਦੇ ਠੀਕ ਹੈ ਮਾੜਾ ਮੋਟਾ ਉਹਨਾਂ ਨੂੰ ਗੱਲਾਂ ਨਾ ਕਹਿ ਸਕਦੇ ਹਾਂ ਬਟ ਅੱਜ ਕੱਲ੍ਹ ਜ਼ਮਾਨਾ ਬਹੁਤ ਚੇਂਜ ਹੋ ਗਿਆ ਜਿੱਥੇ ਪਹਿਲਾਂ ਪੇਰੈਂਟਸ ਆਪਣੇ ਬੱਚਿਆਂ ਨੂੰ ਥੱਪੜ ਵੀ ਮਾਰ ਲੈਂਦੇ ਸੀ ਅੱਜ ਤਾਂ ਉਹਨਾਂ ਨੂੰ ਉੱਚੀ ਬੋਲ ਵੀ ਨਹੀਂ ਸਕਦੇ ਈਵਨ ਬੱਚੇ ਆਪਣੇ ਮਾਪਿਆਂ ਨੂੰ ਕਹਿੰਦੇ ਨਹੀਂ ਅਸੀਂ ਪੁਲਿਸ ਬੁਲਾ ਲੈਣੀ ਆ ਇੱਦਾਂ ਬਹੁਤ ਸਾਰੇ ਕਿੱਸੇ ਨੇ ਦੀਦੀ ਤੁਹਾਨੂੰ ਆਏ ਨਹੀਂ ਲੱਗਦਾ ਵੀ ਅਸੀਂ ਆਪਣੇ ਵੱਡਿਆਂ ਤੋਂ ਡਰਨ ਵਾਲੀ ਲਾਸਟ ਪੀੜ੍ਹੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਬੱਚਿਆਂ ਤੋਂ ਆਉਣ ਵਾਲੀ ਪੀੜ੍ਹੀ ਤੋਂ ਡਰਨ ਵਾਲੀ ਵੀ ਪਹਿਲੀ ਪੀੜ੍ਹੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਜੋ ਚੀਜ਼ਾਂ ਦੇਖ ਲਈਆਂ ਉਹ ਦੇਖ ਨਹੀਂ ਸਕਣਗੇ ਉਹ ਉਹਦਾ ਜੀ ਹੀ ਨਹੀਂ ਪਾਉਣਗੇ ਰਾਈਟ ਹਾਂਜੀ ਦੀਦੀ ਬਿਲਕੁਲ ਸਹੀ ਗੱਲ ਦੀਦੀ ਹੈ ਨਾ ਜਦੋਂ ਬਚਪਨ 'ਚ ਸਾਨੂੰ ਬਾਤਾਂ ਵੀ ਸੁਣਾਈ ਜਾਂਦੀਆਂ ਹੁੰਦੀਆਂ ਸੀਗੀਆਂ ਹੈ ਨਾ ਅਸੀਂ ਜਦੋਂ ਸਕੂਲੋਂ ਹੁੰਦੇ ਸੀ ਆ ਕੇ ਰੋਟੀ ਪਾਣੀ ਖਵਾ ਕੇ ਹੈ ਨਾ ਪਾਪਾ ਜੀ ਫਿਰ ਪੜ੍ਹਾਉਣ ਬੈਠਾ ਲੈਂਦੇ ਸੀ ਫਿਰ ਥੋੜ੍ਹਾ ਜਿਹਾ ਖੇਡ ਲੈਂਦੇ ਸੀ ਫਿਰ ਜਦੋਂ ਸ਼ਾਮ ਹੋ ਜਾਂਦੀ ਸੀ ਹੈ ਨਾ ਰੋਟੀ ਖਵਾ ਕੇ ਦੁੱਧ ਪਿਆ ਕੇ ਫਿਰ ਦਾਦਾ ਜੀ ਹੁਣੀ ਬਾਤਾਂ ਸੁਣਾ ਕੇ ਚੰਗੀਆਂ ਵਧੀਆ ਬਾਤਾਂ ਸੁਣਾ ਕੇ ਦੀਦੀ ਫਿਰ ਹੈ ਨਾ ਸਾਨੂੰ ਕਹਿੰਦੇ ਸੀ ਸੌਂ ਜਾਓ ਫਿਰ ਸਵੇਰ ਨੂੰ ਟੋਮ ਵਾਲੀ ਮੰਡੇ ਮਾਰਨਿੰਗ ਡੇਲੀ ਫਿਰ ਸਕੂਲੇ ਜਾਂਦੇ ਸੀ ਫਾਈਨਲੀ ਮੰਡੇ ਮਾਰਨਿੰਗ ਹੈ ਨਾ ਕਈਆਂ ਨੂੰ ਮੰਡੇ ਬਹੁਤ ਪਸੰਦ ਹੈ ਕਈਆਂ ਨੂੰ ਮੰਡੇ ਜਮਾ ਨਹੀਂ ਪਸੰਦ ਹਾਂਜੀ ਸਕੂਲ ਵੇਲੇ ਤਾਂ ਇਦਾਂ ਹੁੰਦਾ ਸੀਗਾ ਵੀ ਮੰਡੇ ਮਤਲਬ ਕਿ ਕੋਈ ਬਹਾਨਾ ਘੜ ਲਓ ਬਸ ਵੀ ਸਾਨੂੰ ਸਕੂਲ ਨਾ ਜਾਣਾ ਪਵੇ ਦੀਦੀ ਤੁਹਾਨੂੰ ਪਤਾ ਬਚਪਨ 'ਚ ਆਪਾਂ ਨੂੰ ਨਾ ਡਰਾਉਣ ਵਾਸਤੇ ਹੈ ਨਾ ਝੂਠ ਬੋਲ ਦਿੰਦੇ ਹੁੰਦੇ ਸੀ ਵੱਡੇ ਉਹਨਾਂ ਦਾ ਜਿਹੜਾ ਝੂਠ ਹੁੰਦਾ ਸੀਗਾ ਉਹ ਹੁੰਦਾ ਸੀਗਾ ਵੀ ਬੱਚੇ ਡਰ ਕੇ ਸਹੀ ਰਸਤੇ ਤੇ ਆ ਜਾਣ ਮਤਲਬ ਗਲਤ ਕੰਮ ਨਾ ਕਰਨ ਦੀਦੀ ਹੁਣ ਜਦੋਂ ਮੈਂ ਨਿੱਕੀ ਸੀਗੀ 8 ਸਾਲ ਦੀ ਸੀਗੀ ਹੁਣ ਤਾਂ ਮੈਂ ਮੁੱਟੀ ਹੋ ਗਈ ਹਾਂ ਨਾ ਸਾਡੀ ਨਪੇੜੇ 'ਚ ਨਿੰਮ ਸੀ ਨਿੰਮ ਤੇ ਪੀਂਘ ਪਾਈ ਹੋਈ ਸੀ ਹਨਾ ਦੀਦੀ ਸਾਨੂੰ ਹੁਣ ਮੈਨੂੰ ਸਮਝ ਆਈ ਉਹ ਗੱਲ ਹਨਾ ਸਾਨੂੰ ਕਹਿੰਦੇ ਦੁਪਹਿਰੇ ਪੀਂਘ ਨਹੀਂ ਝੁੱਟੀ ਦੀ ਹੁੰਦੀ ਭੁੱਤਾਂ ਝੂਟਦੀਆਂ ਹੁੰਦੀਆਂ ਹਨਾ ਅੱਛਾ ਦੀਦੀ ਮੈਂ ਸਕੂਲੋਂ ਆ ਕੇ ਬੈਗ ਸੁੱਟ ਕੇ ਮੈਂ ਪੀਂਘ ਤੇ ਬਹਿ ਗਈ ਇੰਨੀ ਧੁੱਪ ਮੈਂ ਇਕੱਲੀ ਝੂਟੇ ਲੈਣ ਲੱਗੀ ਪਈ ਹਨਾ ਮੇਰੀ ਭੂਆ ਨੇ ਨਾ ਮੇਰੇ ਵੀਰੇ ਨੂੰ ਕਿਹਾ ਵੀ ਇਹਨੇ ਆਉਣਾ ਨੀ ਗਾ ਤੂੰ ਇਹਨੂੰ ਪਿਆਰ ਨਾਲ ਪੀਂਘ ਤੋਂ ਲਾ ਲਿਆ ਹਨਾ ਜਦੋਂ ਦੀਦੀ ਮੇਰਾ ਵੀਰਾ ਹਨਾ ਆਇਆ ਮੈਂ ਵੀਰੇ ਨੂੰ ਕਿਹਾ ਵੀ ਨਹੀਂ ਮੈਂ ਇਹਨੂੰ ਉਤਰਨਾ ਨੀ ਹੈਗਾ ਹਨਾ ਮੇਰੇ ਵੀਰੇ ਨੇ ਝੂਠ ਬੋਲਿਆ ਉਹ ਕਹਿੰਦਾ ਨਾ ਕਹਿੰਦਾ ਅੰਦਰ ਆਪਣੀ ਨਾ ਬਿੱਲੀ ਸੂਈ ਆ ਬਲੂੰਗੜੇ ਆਪਾਂ ਦੇਖਣਾ ਹੈਗਾ ਤੂੰ ਉੱਥੇ ਆ ਜਾ ਦੀਦੀ ਜਦੋਂ ਮੈਂ ਹਨਾ ਬਲੂੰਗੜੇ ਦੇਖਣ ਚਲੀ ਗਈ ਬਲੂੰਗੜੇ ਤਾਂ ਸੀਗੇ ਦੀਦੀ ਪਿੱਛੋਂ ਹਨਾ ਪੀਂਘ ਖੋਲ ਕੇ ਧਰਤੀ ਭੂਆ ਜੀ
ਹਣਾ ਦੀਦੀ ਜਦੋਂ ਆ ਕੇ ਬੈਠ ਕੇ ਜ਼ੋਰ ਦੀ ਝੂਟਾ ਲਿਆ ਮੈਂ ਥੱਲੇ ਚਾ ਟਿੱਕੀ ਫਿਰ ਰੌਲਾ ਪੈ ਗਿਆ ਹਨਾ ਵੀ ਗੁੱਡੀ ਨੂੰ ਤਾਂ ਭੂਤ ਨੇ ਸੜਤਾ ਹਨਾ ਸੱਚੀ ਗੱਲ ਆ ਹਨਾ ਮੇਰੇ ਸਿਰ ਬਚ ਗਿਆ ਸੀਗਾ ਭੂਆ ਜੀ ਨੂੰ ਹਨਾ ਦੁੱਖ ਵੀ ਹੋਇਆ ਪਰ ਹਨਾ ਮੈਂ ਫਿਰ ਦੁਪਹਿਰ ਚ ਉੱਥੇ ਨਹੀਂ ਸੀ ਬੈਠੀ ਪਿੰਗ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਦੁਪਹਿਰ ਦਾ ਉਹ ਸਮਾਂ ਨਾ ਰੈਸਟ ਕਰਨ ਦਾ ਹੁੰਦਾ ਭੂਤਾਂ ਦਾ ਸਮਾਂ ਨਹੀਂ ਹੁੰਦਾ ਹਾਂਜੀ ਦਾ ਸਮਾਂ ਨਹੀਂ ਹੁੰਦਾ ਰੈਸਟ ਕਰਨ ਦਾ ਹੁੰਦਾ ਤੇ ਜਿਹੜੀ ਗੁੱਡੀ ਆ ਉਹ ਰੈਸਟ ਕਰਦੀ ਨਹੀਂ ਸੀਗੀ ਹਨਾ ਹਾਂਜੀ ਦੀਦੀ ਖੇਡਦੀ ਰਹਿੰਦੀ ਹੁੰਦੀ ਸੀ ਦੀਦੀ ਮਾਂ ਤਾਂ ਹਨਾ ਸਕੂਲੇ ਬੈਠੀ ਵੀ ਐਂ ਕਰੀ ਜਾਂਦੀ ਹੁੰਦੀ ਸੀ ਹਨਾ ਵੀ ਪਿੰਗ ਤੇ ਝੂਟੇ ਸਕੂਲੋਂ ਆ ਕੇ ਪੜਦੀ ਵੀ ਨਹੀਂ ਉਹਨੂੰ 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 ਇਦਾਂ ਨਹੀਂ ਕਹਿੰਦੇ ਪਿੰਗ ਦੇ ਝੂਟੇ ਉਹਨੂੰ ਐ ਕਹਿੰਦੇ ਸੀ ਜਦੋਂ ਥੱਕ ਜਾਣਾ ਬਹੁਤ ਜ਼ਿਆਦਾ ਤੇ ਰੈਸਟ ਨਹੀਂ ਕਰਨੀ ਕਈ ਵਾਰ ਟਾਈਮ ਤੇ ਸੌਣਾ ਨਹੀਂ ਤੇ ਉਹ ਝਪਕੀਆਂ ਆਉਂਦੀਆਂ ਹੁੰਦੀਆਂ ਸਕੂਲ ਵੇਲੇ ਨੀਂਦ ਆਉਂਦੀ ਹੁੰਦੀ ਹੈ ਹਾਂਜੀ ਦੀਦੀ ਫਿਰ ਐਂ ਵੀ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਹਨਾ ਬਾਲੇ ਟਾਈਮ ਬਾਲ ਖੁੱਲੇ ਰੱਖੂਗਾ ਹਨਾ ਹੁਣ ਤਾਂ ਤੁਸੀਂ ਰੱਖ ਲੈਣੇ ਹੋ ਸਾਨੂੰ ਛੋਟੇ ਹੁੰਦਿਆਂ ਨੂੰ ਨਹੀਂ ਸਮਝ ਰੱਖਣ ਦਿੰਦੇ ਸਾਨੂੰ ਕਹਿੰਦੇ ਹੁੰਦੇ ਸੀ ਜਿਹੜਾ ਬਾਲ ਖੁੱਲੇ ਰੱਖੂਗਾ ਹਨਾ ਬੁੱਢੀ ਮਾਈ ਬਾਲ ਹੀ ਕੱਟ ਕੇ ਲੈ ਜੂ ਮੈਂ ਵੀ ਮੈਂ ਇਵਨ 10th ਤੱਕ ਕਰੇਲੇ ਕੀਤੇ 11th ਵਿੱਚ ਵੀ ਕੀਤੇ ਸ਼ਾਇਦ 12th ਤੋਂ ਨਹੀਂ ਕੀਤੇ ਮਤਲਬ ਕਿ 9th 10th ਉਹਦੇ ਨੇੜੇ ਤੇੜੇ ਕਰੇਲੇ ਕਰਨੇ ਛੱਡਤੇ ਸੀ ਅਦਰਵਾਈਜ਼ ਮੈਂ ਕਰੇਲੇ ਕਰਕੇ ਜਾਂਦੀ ਹੁੰਦੀ ਸਕੂਲ ਦੇ ਵਿੱਚ ਤੇ ਹੁਣ ਤਾਂ ਜਿਵੇਂ ਇੱਦਾਂ ਹੈ ਨਾ ਨਹਾਉਣ ਤੋਂ 1-2 ਘੰਟਾ ਪਹਿਲਾਂ ਸਾਰੇ ਜਾਣੇ ਇਵਨ ਮੇਰੀ ਇਕੱਲੀ ਦੀ ਗੱਲ ਨਹੀਂ ਸਾਰੇ ਜਾਣੇ ਹੁਣ ਦੀ ਗੱਲ ਕਰੀਏ ਹੁਣ ਦੇ ਸਮੇਂ ਦੀ ਜਾਂ ਥੋੜ੍ਹਾ ਟਾਈਮ ਪਹਿਲਾਂ ਦੀ ਆਉਣ ਵਾਲੇ ਬਾਅਦ ਦੇ ਤਾਂ ਪਤਾ ਨਹੀਂ ਕੀ ਹੋਣਾ ਆ ਨਹਾਉਣ ਤੋਂ 2-4 ਘੰਟੇ ਪਹਿਲਾਂ ਸਿਰ ਦੀ ਮਸਾਜ ਕਰਦੇ ਆ ਆਇਲ ਦੇ ਨਾਲ ਪ੍ਰੋਪਰ ਉਸ ਤੋਂ ਬਾਅਦ ਸਿਰ ਨਹਾਉਂਦੇ ਨੇ ਦੈਟਸ ਆਲ ਵਧੀਆ ਸ਼ੈਂਪੂ ਜਾਂ ਕੰਡੀਸ਼ਨਰ ਕਰਕੇ ਬਟ ਉਦੋਂ ਦੀ ਗੱਲ ਆ ਉਦੋਂ ਮੰਮੀ ਨੇ ਸਿਰ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ ਫਿਰ ਤੇਲ ਲਗਾ ਲੈਣਾ ਚੰਗੀ ਤਰ੍ਹਾਂ ਮੱਥ ਦੇਣਾ ਤੇਲ ਉਸ ਤੋਂ ਬਾਅਦ ਕਰੇਲੇ ਕਰਨੇ ਜਾਂ ਗੁੱਤ ਕਰਕੇ ਰੱਖਣੀ ਅਤੇ ਉਹ ਜਦ ਤੱਕ 2-3 ਦਿਨ ਸਿਰ ਨਹੀਂ ਧੋਣਾ ਤੇਲ ਲੱਗਿਆ ਹੀ ਰਹਿਣਾ ਉਦੋਂ ਨਹੀਂ ਇੱਦਾਂ ਹੁੰਦਾ ਸੀ ਬਟ ਅੱਜ ਸਿਰ ਨਹਾਉਣ ਤੋਂ ਬਾਅਦ ਕੋਈ ਤੇਲ ਲਾ ਲੂਗਾ ਮੈਂ ਵੀ ਨਹੀਂ ਲਗਾ ਸਕਦੀ ਈਵਨ ਸਾਡਾ ਕੰਮ ਉਦਾਂ ਦਾ ਇਹ ਕਿੱਦਾਂ ਅਸੀਂ ਨਹੀਂ ਲਗਾਉਂਦੇ 2-4 ਘੰਟੇ ਪਹਿਲਾਂ ਹੀ ਤੇਲ ਲਗਾਉਂਦੇ ਇਹ ਇਹ ਟਾਈਮ ਚੇਂਜ ਜਿਹੜਾ ਹੋਇਆ ਉਹਦਾ ਆਪਾਂ ਕੰਪੈਰੀਸ਼ਨ ਕਰ ਰਹੇ ਹਾਂ ਇਹ ਚੀਜ਼ਾਂ ਦੀ ਕਰਕੇ ਕਿੰਨੇ ਨੁਕਸਾਨ ਹੁੰਦੇ ਬਾਲਾਂ ਨੂੰ ਕਿੰਨੀਆਂ ਪ੍ਰੋਬਲਮ ਹੁੰਦੀਆਂ ਦੀਦੀ ਹਨਾ ਸਾਡੇ ਨਾ ਦਾਦੀ ਤਾਂ ਦੇਸੀ ਘਿਓ ਹੀ ਮੱਥੇ ਤੇ ਵੀ ਮਲ ਦਿੰਦੀ ਹੁੰਦੀ ਸੀ ਇੰਨਾ ਲਿਪ ਦਿੰਦੇ ਸੀ ਨਾ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਸਿਰ ਚ ਲੱਗਿਆ ਕੀ ਆ ਅੱਛਾ ਦੀਦੀ ਨਾ ਹਾਂ ਇੱਕ ਗੱਲ ਹੋਰ ਚੇਤੇ ਆਈ ਜਾਂਦੀ ਹਾਂ ਮੈਂ ਵੀ ਇਹ ਗੱਲ ਕਹਿੰਦੀ ਮੇਰੀ ਮੰਮੀ ਵੀ ਜਦੋਂ ਛੋਟੇ ਹੁੰਦੇ ਮੇਰੇ ਸਿਰ ਝਸਦੇ ਹੁੰਦੇ ਸੀ ਨਾ ਇੱਥੇ ਮੱਥੇ ਤੱਕ ਤੇਲ ਲਾਉਂਦੇ ਸੀ ਮੈਂ ਮੰਮੀ ਨੂੰ ਕਹਿੰਦੀ ਸੀ ਮੰਮੀ ਨਾ ਕਰੋ ਤੇ ਕਈ ਵਾਰ ਖਿੱਚ ਜੇ ਵੀ ਜਾਣਾ ਮੰਮੀ ਨੇ ਚੁੱਪ ਕਰਕੇ ਲਵਾ ਲਾ ਤੇਲ ਚੁੱਪ ਕਰਕੇ ਬਹਿਣਾ ਕਿ ਨਹੀਂ ਬਹਿਣਾ ਦੀਦੀ ਹਨਾ ਛੋਟੇ ਹੁੰਦਿਆਂ ਨੂੰ ਸਾਨੂੰ ਨਹੀਂ ਪਤਾ ਹੁੰਦਾ ਹਨਾ ਇੱਕ ਵਾਰ ਛੋਟੇ ਹੁੰਦੇ ਟ੍ਰੇਸ ਪੇਪਰ ਨਾਲ ਆਪਾਂ ਹਨਾ ਸੋਸ਼ਲ ਸਟੱਡੀ ਦੇ ਵਿੱਚ ਉਹ ਨਹੀਂ ਬਣਾਉਂਦੇ ਹੁੰਦੇ ਸੀ ਇੰਡੀਆ ਦਾ ਮੈਪ ਹਨਾ ਦੀਦੀ ਹਨਾ ਮੈਂ ਤੇ ਮੇਰਾ ਵੀਰਾ ਟ੍ਰੇਸ ਪੇਪਰ ਲੈਣ ਚਲੇ ਗਏ ਦੋਨੋਂ ਜਾਣੇ ਹਨਾ ਸਾਰੀ ਡੀਲਿੰਗ ਤਾਂ ਮੈਂ ਹੀ ਕਰਦੀ ਹੁੰਦੀ ਸੀ ਵੀਰਾ ਤਾਂ ਉਦਾਂ ਹੀ ਨਾਲ ਹੁੰਦਾ ਸੀ ਹਨਾ ਅੱਛਾ ਅੱਛਾ ਦੀਦੀ ਅਸੀਂ ਰਸਤੇ 'ਚ ਤੁਰੇ ਜਾਂਦੇ ਭੁੱਲ ਗਏ ਹਨਾ ਵੀ ਉਹਨੂੰ ਕੀ ਕਹਿੰਦੇ ਹੁੰਦੇ ਟ੍ਰੇਸ ਪੇਪਰ ਨੂੰ ਹਨਾ ਸਾਨੂੰ ਦੁਕਾਨ ਵਾਲਾ ਅੰਕਲ ਇੱਥੇ ਅਣਕਾ ਕਰਕੇ ਕਹਿੰਦਾ ਹਾਂ ਵੀ ਆ ਗਈ ਚੜੱਲੇ ਕੀ ਚਾਹੀਦਾ ਮੈਨੂੰ ਅੰਕਲ ਤਾਂ ਗੁੱਸਾ ਬਹੁਤ ਆਇਆ ਹਨਾ ਫਿਰ ਮੈਨੂੰ ਕਹਿੰਦਾ ਵੀਰਾ ਮੇਰਾ ਪਤਾ ਕੀ ਕਹਿੰਦਾ ਵੀਰੇ ਨੂੰ ਲੱਗ ਗਿਆ ਪਤਾ ਹਨਾ ਵੀ ਮੈਂ ਹੁਣ ਅੰਕਲ ਲੜੂੰ ਕਹਿੰਦਾ ਕੁੱਟੀ ਤੂੰ ਨਹੀਂ ਬੋਲਣਾ ਵੀਰਾ ਕਹਿੰਦਾ ਅੰਕਲ ਜੀ ਇੰਡੀਆ ਦੇ ਨਕਸ਼ੇ ਦਾ ਫਰੇਮ ਦੇ ਦਿਓ ਸਾਡੀ ਹੁਣ ਇੰਨਾ ਮਜ਼ਾਕ ਉਡਾਇਆ ਫਿਰ ਜਦੋਂ ਘਰੇ ਆਏ ਸਾਨੂੰ ਕਹਿੰਦੇ ਤੁਸੀਂ ਕੀ ਕਿਹਾ ਸੀ ਅਸੀਂ ਆਖਿਆ ਇੰਡੀਆ ਦੇ ਨਕਸ਼ੇ ਦਾ ਫਰੇਮ ਮੰਗੀ ਜਾਂਦੇ ਸੀ ਫਿਰ ਉਹਨਾਂ ਦੀਦੀ ਸਾਡਾ ਬਹੁਤ ਮਜ਼ਾਕ ਉਡਾਇਆ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਇੱਦਾਂ ਹੋ ਜਾਂਦਾ ਕਦੇ ਕਦੇ ਬੰਦਾ ਭੁੱਲ ਜਾਂਦਾ ਇਹ ਤਾਂ ਨਿੱਕੀ ਜਿਹੀ ਗੱਲ ਹੈ ਇੱਥੇ ਬੰਦੇ ਪਤਾ ਨਹੀਂ ਹੁਣ ਦੀ ਗੱਲ ਕਰੀਏ ਤਾਂ ਕਿੰਨੀਆਂ ਚੀਜ਼ਾਂ ਭੁੱਲ ਜਾਂਦੇ ਯਾਦ ਹੀ ਨਹੀਂ ਰਹਿੰਦੀਆਂ ਦੀਦੀ ਮੇਰੇ ਫਿਰ ਦਿਮਾਗ 'ਚ ਸਵਾਲ ਆ ਗਿਆ ਸੀਗਾ ਹੁਣ ਮੈਂ ਆਪਣਾ ਸਵਾਲ ਛੱਡ ਕੇ ਤੁਹਾਡੇ ਨਾਲ ਪਿੱਛੇ ਥੋੜ੍ਹੀ ਹੋਣ ਅੱਛਾ ਠੀਕ ਹੈ ਜੀ ਆਪਾਂ ਬੁਲਾਉਣਾ ਨਹੀਂ ਹੈਗਾ ਫਿਰ ਗੁੱਡੀ ਅਗਰ ਇੱਦਾਂ ਕਹਿੰਦੀ ਆ ਫਿਲਹਾਲ ਕਾਲ ਸਪੀਕ ਕਰਦੇ ਹਾਂ ਲੈਟਸ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਗੁੱਡੀ ਮਨੀਸ਼ਾ ਦੋਨਾਂ ਨੂੰ ਬਹੁਤ ਬਹੁਤ ਪਿਆਰ ਦੇਖੋ ਥੈਂਕ ਯੂ ਜੀ ਥੈਂਕ ਯੂ ਬਹੁਤ ਪ੍ਰੋਗਰਾਮ ਲੈ ਕੇ ਆਉਂਦੇ ਹੋ ਜੀ ਆ ਜਿਹੜਾ ਹਨਾ ਤਾਂ ਹੁਣੇ 2-3 ਮਿੰਟ ਹੀ ਹੋਣੇ ਲੱਗੇ ਟੀਵੀ ਤੁਹਾਨੂੰ ਕੀ ਯਾਦ ਆਉਂਦਾ ਕਿਹੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਤੁਹਾਡੀਆਂ ਜਦੋਂ ਮੈਂ ਛੋਟੀ ਜਿਹੀ ਸੀ ਮੈਂ ਆਪਣੀਆਂ ਦੱਸ ਦਿੰਦੀ ਹਾਂ ਜੀ ਜੀ ਮੇਰੀ ਦਾਦੀ ਉਦੋਂ ਜਿਉਂਦੀ ਸੀ ਜੀ ਤੇ ਅਸੀਂ ਸੱਤ ਭੈਣਾਂ ਸੀ ਮੈਂ ਅੱਗੇ ਵੀ ਦੱਸਿਆ ਸਾਡੇ ਬਾਪ ਨੇ ਸਾਨੂੰ ਬਹੁਤ ਹੀ ਪ੍ਰੇਮ ਨਾਲ ਪਾਲਿਆ ਪੜ੍ਹਾਇਆ ਸਾਰੀਆਂ ਨੂੰ ਉਦੋਂ ਕੋਈ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਸੀ ਹੁੰਦਾ ਤਾਂ ਹੈਲੋ ਹਾਂਜੀ ਟੀਵੀ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਪੈਦਾ ਹੁੰਦੀਆਂ ਸੀਗੀਆਂ ਮੇਰੇ ਫਾਦਰ ਨੇ ਸਕੂਲ ਵੀ ਖੋਲਿਆ ਉਦੋਂ
ਕੁੜੀਆਂ ਨੂੰ ਪੜ੍ਹਾਉਂਦੇ ਜਦੋਂ ਕੁੜੀਆਂ ਨਹੀਂ ਸੀ ਪੜ੍ਹਾਉਂਦੇ ਇੰਨੇ ਤੇ ਉਹ ਸਕੂਲ ਖੋਲ ਕੇ ਫਿਰ ਸਾਨੂੰ ਉੱਥੇ ਪੜ੍ਹਨ ਲਾਇਆ ਸਾਰਿਆਂ ਨੂੰ ਤਾਂ ਉਦੋਂ ਮੇਰੀ ਦਾਦੀ ਜਿਉਂਦੀ ਸੀਗੀ ਤੇ ਮੈਨੂੰ ਇੰਨਾ ਹਲੇ ਯਾਦ ਹੈ ਮੈਂ ਜਦੋਂ ਨਿੱਕੀ ਜਿਹੀ ਸੀਗੀ ਉਹ ਮੇਰੀ ਦਾਦੀ ਚੰਗੀ ਸੀ ਜਿਨ੍ਹਾਂ ਨੇ ਜੀਵੀ ਸੋਹਣੀ ਦਾ ਸੋਹਣੀ ਉਹਦਾ ਨਾਂ ਸੀ ਪਿੰਡ 'ਚ ਉਹਨੇ ਮੈਨੂੰ ਕੀ ਕਰਨਾ ਆਪਣੇ ਢਿੱਡ 'ਤੇ ਪਾ ਕੇ ਬੜਾ ਕਰਨਾ ਜਦੋਂ ਮੈਂ ਵੱਡੀ ਹੋ ਗਈ ਉਦੋਂ ਵੀ ਮੇਰੀ ਦਾਦੀ ਨੇ ਇਹਨਾਂ ਬਹੁਤ ਪ੍ਰੇਮ ਨਾਲ ਪਾਲਿਆ ਉਹ ਬਹੁਤ ਯਾਦ ਆਉਂਦੀ ਹੈ ਦੂਜੀ ਜਿਹੜੀ ਯਾਦ ਆਉਂਦੀ ਹੈ ਦੂਜੀ ਜਿਹੜੀ ਯਾਦ ਆਉਂਦੀ ਹੈ ਜਦੋਂ ਮੱਝਾਂ ਦਾ ਦੁੱਧ ਚੋਂਦੇ ਸੀਗੇ ਉਦੋਂ ਸਭ ਨੇ ਹਾਂਜੀ ਉਹਨੇ ਸਭ ਨੇ ਜਦੋਂ ਕਿਸੇ ਨੇ ਉਦੋਂ ਮੱਝਾਂ ਤੇ ਪੀਣ ਲੱਗ ਜਾਣਾ ਮੈਂ ਵੀ ਸੇਮ ਮਾਮੀ ਨਾਲ ਜਾਂਦੀ ਹੁੰਦੀ ਸੀ ਆਪਣੇ ਹਾਂਜੀ ਤੇ ਜਦੋਂ ਆਉਂਦੀ ਸੀਗੀ ਮੱਝਾਂ ਬੱਚਾ ਦੇਣਾ ਕੱਚਾ ਬੱਚਾ ਦੇਣਾ ਤਾਂ ਕਈ ਦਿਨ ਬੋਲੀ ਬਣਾਉਂਦੇ ਸੀਗੇ ਉਹ ਪਹਿਲੇ ਦੁੱਧ ਦੀ ਉਹ ਵੀ ਬੜੀ ਯਾਦ ਆਉਂਦੀ ਹੈ ਓ ਮਾਈ ਗੁਡਨੈਸ ਤੇ ਉੱਥੇ ਹੁਣ ਉੱਥੇ ਦੇ ਤੰਦੂਰ ਯਾਦ ਆਉਂਦੇ ਨੇ ਜਿੱਥੇ ਖੜ ਕੇ ਸਾਰੀਆਂ ਪਿੰਡ ਦੀਆਂ ਜਨਾਨੀ ਇੱਕ ਪਾਸੇ ਜਾ ਕੇ ਰੋਟੀ ਬਣਾਉਣ ਲੱਗ ਜਾਂਦੀਆਂ ਸੀਗੀਆਂ ਸਾਨੂੰ ਉਹ ਉਹੀ ਦਰਵਾਜ਼ਾ ਯਾਦ ਆਉਂਦਾ ਜਿਹੜਾ ਪਿਛਲੇ ਜਨਮਾਂ ਦਾ ਸੀਗਾ ਦਰਵਾਜ਼ਾ ਵੱਡਾ ਹੁੰਦਾ ਸੀਗਾ ਜਿਹਦੇ ਵਿੱਚ ਬੜੇ ਸੋਹਣੇ ਥੰਮ੍ਹ ਲੱਗੇ ਹੁੰਦੇ ਸੀ ਬਣਾਏ ਹੁੰਦੇ ਸੀਗੇ ਬੈਠਣ ਨੂੰ ਥੜੇ ਜਿਹੇ ਉਹਨਾਂ ਦੇ ਉੱਤੇ ਬੁੜੀਆਂ ਨੇ ਆ ਕੇ ਬੈਠ ਕੇ ਉਹ ਜਿਹੜੀ ਬਣਾਉਂਦੇ ਨੇ ਨਾ ਰੱਸੀਆਂ ਜੀਆਂ ਉਹ ਬਣਾ ਕੇ ਬੈਠੇ ਰਹਿਣਾ ਸੀ ਅਸੀਂ ਉਹ ਦੇਖ ਕੇ ਤੇ ਬਾਕੀ ਕੁੜੀਆਂ ਮੁੰਡਿਆਂ ਨੇ ਜਾ ਕੇ ਨਿੰਮਾਂ ਥੱਲੇ ਆਪਣੀਆਂ ਖੇਡਾਂ ਖੇਡਣ ਲੱਗ ਜਾਣੀਆਂ ਜਨਾਨੀਆਂ ਨੇ ਘੱਗਰੇ ਪਾ ਕੇ ਆਉਂਦੀਆਂ ਸੀ ਜਨਾਨੀਆਂ ਘਰੋਂ ਜਦੋਂ ਪਾਣੀ ਖੂਹ ਇੱਕ ਖੂਹ ਹੁੰਦਾ ਸੀਗਾ ਇੱਕ ਪਿੰਡ ਦਾ ਤੇ ਹੋਰ ਨਹੀਂ ਸੀ ਤੇ ਉਹਦੇ ਉੱਤੇ ਖੂਹ ਦੇ ਉੱਤੇ ਸਾਡੇ ਪਿੰਡ ਦਾ ਇੱਕੋ ਹੀ ਖੂਹ ਸੀਗਾ ਜਨਾਨੀਆਂ ਨੇ ਘੱਗਰੇ ਪਾ ਕੇ ਤੇ ਉਹਨਾਂ ਨੇ ਦਰਵਾਜ਼ੇ ਵਿੱਚੋਂ ਨਹੀਂ ਲੰਘਣਾ ਉਹ ਵੱਡੇ ਜਿਹੜੇ ਬਜ਼ੁਰਗ ਨੇ ਉੱਥੇ ਬੈਠੇ ਨੇ ਉਹਨਾਂ ਤੋਂ ਉਹਨਾਂ ਨੇ ਘੱਗਰੇ ਜ਼ਰੂਰ ਪਾਉਂਦੇ ਹੁੰਦੇ ਆ ਘੱਗਰਾ ਪਾ ਕੇ ਘੁੰਡ ਕੱਢ ਕੇ ਸਿਰ ਦੇ ਉੱਤੇ ਘੜਾ ਰੱਖਿਆ ਹੁੰਦਾ ਪਾਣੀ ਭਰ ਜਾਂਦੀਆਂ ਸੀ ਬਹੁਤ ਸੱਚੀ ਇਹ ਬਹੁਤ ਪਿਆਰੀ ਯਾਦ ਹੈ ਚੰਗਾ ਲੱਗਾ ਜੀ ਹਾਂ ਜੀ ਹਾਂ ਤੇ ਅਸੀਂ ਫਿਰ ਰਾਤ ਨੂੰ ਬੱਚਿਆਂ ਨੇ ਸਾਰਿਆਂ ਨੇ ਮੁੰਡੇ ਕੀ ਕੁੜੀਆਂ ਨੇ ਆਲੇ ਦੁਆਲੇ ਘੁੰਮੀ ਜਾਣਾ ਉਹ ਚੰਦ ਹੁੰਦਾ ਚੰਦ ਦੇ ਨਾਲ ਚੰਦਰਮਾ ਹੁੰਦਾ ਜੇ ਭੱਜਿਆ ਸਰ ਜੀ ਕਹਿੰਦੇ ਸਾਡੇ ਨਾਲ ਹੀ ਨਾਲ ਚੰਦਰਮਾ ਸੱਚੀ 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 ਏਦਾਂ ਹੁੰਦਾ ਸੀ ਥੈਂਕ ਯੂ ਰੰਗੀ ਆਂਟੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਰੇ ਵੀ ਦਿਖਾਇਆ ਕਰਦਿਆਂ ਨੇ ਨਾਨਕੇ ਵੀ ਕੰਨਾਂ ਤੋਂ ਚੱਕ ਕੇ ਦਿਖਾ ਤੇ ਠੀਕ ਆ ਤੇ ਸੱਚੀ ਬਹੁਤ ਚੰਗਾ ਲੱਗਦਾ ਪਿਆ ਤੁਸੀਂ ਆਪੋ ਆਪਣੇ ਵਿਚਾਰ ਸਾਂਝੇ ਕਰਦੇ ਪਏ ਮੈਨੂੰ ਇੱਕ ਗੱਲ ਯਾਦ ਆਈ ਸੀ ਤਾਰਿਆਂ ਤੋਂ ਬਾਤਾਂ ਵੀ ਸੁਣਦੇ ਸੀਗੇ ਤੇ ਜਦੋਂ ਕਦੇ ਰਾਤ ਨੂੰ ਨੀਂਦ ਨਹੀਂ ਨਾ ਆਉਣੀ ਚੁੱਪ ਕਰਕੇ ਦਬਕਾ ਵੀ ਮਾਰ ਦੇਣਾ ਸਾਡੇ ਘਰਦਿਆਂ ਨੇ ਵੀ ਸੋ ਜਾਓ ਹੁਣ ਸਵੇਰ ਨੂੰ ਉੱਠਣਾ ਆ ਜੇ ਸਵੇਰ ਨੂੰ ਬਹਾਨਾ ਲਾਇਆ ਨਾ ਸਾਡਾ ਢਿੱਡ ਦੁਖਦਾ ਸਕੂਲ ਜਾਣ ਲੱਗੇ ਫਿਰ ਦੇਖ ਲਿਓ ਹਾਂਜੀ ਖਾਣ ਲੱਗੇ ਵੀ ਅਸੀਂ ਸੋਚਦੇ ਨਹੀਂ ਹੁੰਦੇ ਸੀ ਪਤਾ ਬਚਪਨ ਦੇ ਵਿੱਚ ਦੀਦੀ ਹੁਣ ਸਾਡੇ ਸੀਗੇ ਇੱਥੇ ਕਈ ਘਰ ਪਰਿਵਾਰ ਬਹੁਤ ਵੱਡਾ ਸੀ ਸਾਡੇ 8 ਘਰ ਆਪਣੇ ਸੀਗੇ ਹਨ ਅੱਛਾ ਦੀਦੀ ਸਵੇਰੇ ਉੱਠ ਕੇ ਚਾਹ ਕਿਤੋਂ ਰੋਟੀ ਕਿਤੋਂ 11 ਵਜੇ ਵਾਲੀ ਚਾਹ ਕਿਤੋਂ ਫਿਰ ਕਿਤੋਂ ਰੋਟੀ ਫਿਰ ਸਾਰੀ ਦਿਹਾੜੀ ਰੋਟੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਚੀਜ਼ਾਂ ਖਾਈ ਜਾਂਦੀ ਸੀ ਪਰ ਨਾ ਮੈਨੂੰ ਤਾਂ ਨਾ ਸਾਰਿਆਂ ਹੀ ਕਹਿੰਦੇ ਹੁੰਦੇ ਸੀਗੇ ਕਦੇ ਨਹੀਂ ਸੀ ਕੋਈ ਐਂ ਕਹਿੰਦਾ ਆ ਗਈ ਗੁੱਡੀ ਮੇਰੀ ਦਾਦੀ ਨੇ ਕਹਿਣਾ ਆ ਗਿਆ ਮੇਰਾ ਪੁੱਤ ਮੇਰੀ ਦਾਦੀ ਨੇ ਕਹਿਣਾ ਆ ਗਿਆ ਮੇਰੀ ਗੰਗਾ ਹੁਣ ਦੀਦੀ ਹੁਣ ਮੇਰੇ ਚਾਚਾ ਹੁਣੇ ਉਹਨੇ ਸਾਰਿਆਂ ਨੇ ਕਹਿਣਾ ਆ ਗਈ ਚੜੇਲ ਬਹੁਤ ਮਿਸ ਕਰਦੀ ਹਾਂ ਬਹੁਤ ਸਾਰੇ ਘਰ ਦੇ ਸਾਡੇ ਮੈਂਬਰ ਇਸ ਦੁਨੀਆਂ ਚ ਵੀ ਨਹੀਂ ਪਰ ਮੈਂ ਉਹਨਾਂ ਨੂੰ ਬਹੁਤ ਯਾਦ ਕਰਦੀ ਹਾਂ ਕਿਉਂਕਿ ਮੇਰਾ ਬਚਪਨ ਬਹੁਤ ਸੋਹਣਾ ਬੀਤਿਆ ਹਨਾ ਹੁਣ ਵੀ ਬੀਤ ਰਿਹਾ ਬਹੁਤ ਚੰਗਾ ਅੱਛਾ ਬਚਪਨ ਸਭ ਨੂੰ ਯਾਦ ਆਉਂਦਾ ਕਿਹਨੂੰ ਨਹੀਂ ਯਾਦ ਆਉਂਦਾ ਸਾਰੀਆਂ ਗੱਲਾਂ ਯਾਦ ਆਉਂਦੀਆਂ ਵੀ ਅਸੀਂ ਕੀ ਖੇਡਦੇ ਹੁੰਦੇ ਸੀ ਕਿੱਦਾਂ ਅਸੀਂ ਲੁਕਣ ਮਿਚੀ ਖੇਡਦੇ ਸੀ ਹਨਾ ਜਿਵੇਂ ਮੈਮ ਉਹਨਾਂ ਨੇ ਦੱਸਿਆ ਕਿ ਚੰਦਰਮਾ ਦੇ ਨਾਲ ਹੀ ਭੱਜਣਾ ਫਿਰ ਤਾਰੇ ਗਿਣਨੇ ਰਾਈਟ ਲੁਕਣ ਮਿਚੀ ਖੇਡਣੀ ਕਿਸਦੇ ਘਰ ਵੜ ਜਾਣਾ ਲੁਕ ਜਾਣਾ ਫਿਰ ਘਰਦਿਆਂ ਨੇ ਲੱਭਣ ਤੁਰ ਪੈਣਾ ਵੀ ਤੁਹਾਡੇ ਘਰ ਤਾਂ ਨਹੀਂ ਸਾਡਾ ਜਵਾਕ ਪੁੱਛਣ ਜਾਂਦੇ ਹੁੰਦੇ ਸੀਗੇ ਕਿਉਂਕਿ ਸ਼ਰਾਰਤੀ ਬਹੁਤ ਹੁੰਦੇ ਸੀਗੇ ਐਂਡ ਸਾਨੂੰ ਇੰਨਾ ਉਹ ਨਹੀਂ ਹੁੰਦਾ ਸੀ ਬਾਅਦ 'ਚੋਂ
ਜਦੋਂ ਕਦੇ ਨਹੀਂ ਵੀ ਘਰੇ ਆਉਂਦੇ ਸੀ ਜ਼ਿਆਦਾ ਟਾਈਮ ਲੱਗ ਜਾਂਦੇ ਸੀ ਖੇਡਣ ਨੂੰ, ਫਿਰ ਜਦੋਂ ਘਰਦਿਆਂ ਨੂੰ ਪਤਾ ਲੱਗ ਜਾਂਦਾ ਸੀ ਕਿੱਥੇ ਆ ਤਾਂ ਚਪੇੜਾਂ ਨਾਲ ਘਰ ਵਾਪਸ ਲੈ ਕੇ ਆਉਂਦੇ ਹੁੰਦੇ ਸੀ, ਕਿਉਂਕਿ ਸਾਡਾ ਮਨ ਨਹੀਂ ਹੁੰਦਾ ਸੀ, ਅਸੀਂ ਕਹਿਣਾ 2 ਮਿੰਟ 5 ਮਿੰਟ 10 ਮਿੰਟ ਅਤੇ ਫਿਰ ਚਪੇੜਾਂ ਉੰਨੀਆਂ ਪੈਂਦੀਆਂ ਨਹੀਂ ਸੀ, 2 ਚਪੇੜਾ 3 ਚਪੇੜਾ 4 ਚਪੇੜਾ ਹੈਨਾ, ਸਹੀ ਗੱਲ, ਗੁੱਡੀ ਨੂੰ ਤਾਂ ਜ਼ਿਆਦਾ ਪਤਾ ਆ। ਨਹੀਂ ਦੀਦੀ, ਸਾਨੂੰ ਤਾਂ ਦਰਜਣਾਂ ਦੇ ਹਿਸਾਬ ਨਾਲ ਹੀ ਆਉਂਦੀਆਂ ਸੀ, ਇੱਕ ਤਾਂ ਸਾਡਾ ਤਾਂ ਕੁਛ ਬਣਦਾ ਹੀ ਨਹੀਂ ਸੀ, 2-4 ਨਾਲ ਕੁਛ ਨਹੀਂ ਬਣਦਾ ਸੀ, ਕਹਿੰਦੇ ਇੰਨੇ ਕੁ ਨਾਲ ਤਾਂ ਇਹਨਾਂ ਦਾ ਸਟੰਟਰ ਹੀ ਹੁੰਦਾ ਸਾਨੂੰ ਤਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਮੈਂ ਇੱਛਾ ਜੀ ਤੇ ਗੁੱਡੀ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ, ਕਿਵੇਂ ਹੋ ਤੁਸੀਂ? ਠੀਕ ਆ, ਤੁਸੀਂ ਸੁਣਾਓ? ਆਪਾਂ ਵਧੀਆ। ਹਾਂਜੀ ਜੀ ਸਰ, ਜਦੋਂ ਕਿ ਵਿਸ਼ਾ ਹਾਂਜੀ ਕੀ ਆ ਜੀ? ਵਿਸ਼ਾ ਇਹ ਹੈ ਕਿ ਜਦੋਂ ਬਚਪਨ ਦੀ ਗੱਲ ਆਉਂਦੀ ਹੈ ਤੇ ਤੁਹਾਨੂੰ ਕਿਹੜੀ ਯਾਦ ਆਉਂਦੀ ਹੈ, ਬਚਪਨ ਦੇ ਬਾਰੇ ਚ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਨੇ? ਬਚਪਨ ਦੀਆਂ ਸਾਰੀਆਂ ਆਉਂਦੀਆਂ, ਜਿੱਥੇ ਖੇਡਦੇ ਹੁੰਦੇ ਸੀਗੇ, ਜੋ ਕਰਦੇ ਹੁੰਦੇ ਸੀਗੇ, ਉਹ ਤੇ ਇਦਾਂ ਲੱਗਦਾ ਜਿਦਾਂ ਅੱਜ ਕੱਲ ਦੀਆਂ ਗੱਲਾਂ ਹੁੰਦੀਆਂ। ਹੈਂ, ਇਹਨਾਂ ਪੂਰਾ ਦਿਮਾਗ ਪਿੱਛੇ ਹਰ ਹਰ ਜਿਹੜੇ ਸਾਡੇ ਨਾਲ ਪੜ੍ਹ ਸਕੂਲੇ ਜਾਂਦੇ ਸੀ, ਜਿਹੜੇ ਪੜ੍ਹਦੇ ਸੀ ਸਾਡੇ ਨਾਲ ਮੁੰਡੇ, ਉਹਨਾਂ ਸਾਰਿਆਂ ਦਾ ਪਤਾ ਯਾਦ ਆ ਸਕਦਾ, ਫਲਾਨਾ ਸਾਰੀ ਗੱਲਾਂ, ਜਿਹੜੇ ਜੋ ਜੋ ਅਸੀਂ ਕੰਮ ਖੇਡਦੇ ਹੁੰਦੇ ਜਿੱਦਾਂ ਜਿੱਦਾਂ ਸਾਰਾ ਯਾਦ ਆ ਜਾਂਦਾ। ਇਹ ਗੱਲ ਕੋਈ ਭੁੱਲਣਾ ਵੀ ਨਹੀਂ। ਜੇ ਮੈਂ ਕਹਾਂ ਕਿ ਕੋਈ ਇੱਕ ਯਾਦ ਜਿਹੜੀ ਬਹੁਤ ਹੀ ਕੀਮਤੀ ਹੋਵੇ, ਬਹੁਤ ਯਾਦ ਆਉਂਦੀ ਹੋਵੇ, ਕੋਈ ਵੀ ਸਕੂਲ ਜਾਂਦੇ ਹੋਏ, ਘਰਦਿਆਂ ਨੂੰ ਕੁੱਟ ਖਾਧੀ, ਜਾਂ ਫਿਰ ਖੇਤ ਗਏ, ਜਾਂ ਕੋਈ ਵੀ ਯਾਦ, ਕੀ ਯਾਦ ਆਉਂਦਾ ਸਭ ਤੋਂ? ਕੁੱਟ ਸਾਨੂੰ ਨਹੀਂ ਸੀ, ਮੈਨੂੰ ਨਹੀਂ ਸੀ ਪੈਂਦੀ ਘਰੋਂ। ਅੱਛਾ, ਕਿਉਂ? ਸਾਡਾ ਬਾਪ ਸੀ ਜਿਹੜਾ, ਉਹਦਾ ਸਬਕ ਤੇ ਮਾਤਾ ਵੀ ਗਾਲਾਂ ਵੀ ਕੱਢ ਲਿਆ, ਮਾਰਦਾ ਨਹੀਂ ਸੀਗਾ। ਅੱਛਾ ਜੀ, ਤੇ ਮਾਤਾ ਸਾਡੀ ਦੀ ਗਾਲ ਵੀ ਨਹੀਂ ਕੱਢ ਲਈ, ਵੱਡੀ ਗੱਲ ਕਹਿੰਦੇ ਬੇਈਮਾਨਾ, ਮਾੜਾ ਧੱਫਾ ਮਾਰ ਦੇਣਾ ਮੋਢੇ ਦੇ ਉੱਤੇ, ਇਹਨੂੰ ਵੱਧ ਨਹੀਂ ਕਹਿਣਾ ਕੁਛ ਵੀ, ਪਰ ਉਦਾਂ ਸੀ, ਅਸੀਂ ਅਸਰ ਜ਼ਰੂਰ ਕਰ ਜਾਂਦੇ ਸੀ ਜਦੋਂ ਮਲਵਾ ਜੋ ਮਾੜਾ ਧੱਫਾ ਮਾਰਿਆ ਬੇਈਮਾਨ, ਉਹਨੂੰ ਸਾਨੂੰ ਸਾਨੂੰ ਝਿੜਕਿਆ ਝਿੜਕਿਆ, ਉਸ ਗੱਲ ਦਾ ਅਸਰ ਕਰ ਲੈਣਾ, ਬਾਪ ਦੇ ਕਹਿਣਾ ਦਾ ਅਸਰ ਜ਼ਰੂਰ ਕਰ ਲੈਣਾ, ਅਸਰ ਜ਼ਰੂਰ ਕਰ ਲੈਣਾ, ਉਹ ਹਟ ਜਾਣਾ ਉਸ ਗੱਲ ਤੋਂ, ਤੇ ਏਦਾਂ ਦਾ ਹਿਸਾਬ ਕਿਤਾਬ ਹੁੰਦਾ ਸਾਡਾ। ਨਿੱਕੇ ਹੁੰਦੇ ਮੈਨੂੰ ਬੜੀ ਆਦਤ ਹੁੰਦੀ ਸੀਗੀ, ਕਾੜਦਾ ਦੁੱਧ ਹੁੰਦਾ ਹੈ ਨਾ ਦਰਿਆ ਕਾੜਨੇ ਚ, ਤੇ ਆਮ ਜਾਨੀਆਂ ਨਾ ਮਲਾਈ ਨਹੀਂ ਸੀ ਨਿਆਣੇ ਛੇੜਨ ਦਿੰਦੀਆਂ ਹੁੰਦੀਆਂ, ਉਹਨਾਂ ਅਖਾਣ ਜਿਹਾ ਪਾ ਕੇ ਦੱਸਣਾ, ਕਾੜਦਾ ਸਿਰ ਵੰਡਿਆ ਤੇ ਘੇ ਕਿੱਥੋਂ ਕੱਢਿਆ, ਤੇ ਮੈਨੂੰ ਆਸ ਸੀ ਚੋਰੀ ਛੱਪੇ ਅੱਖ ਬਚਾ ਕੇ ਥੋੜੀ ਬਹੁਤ ਵਿੱਚੋਂ ਠੂੰਗਾ ਮਾਰ ਹੀ ਜਾਣਾ ਖਾਣੀ ਮਲਾਈ, ਇਹ ਮੈਨੂੰ ਵੱਡੀ ਆਦਤ ਸੀਗੀ। ਹੁਣ ਤਾਂ ਨਿਆਣੇ ਮਲਾਈ ਖਾਂਦੇ ਨੇ, ਦੁੱਧ ਪੁਣ ਕੇ ਪੀਂਦੇ ਮਲਾਈ ਵਾਲੇ ਤਾਂ, ਜੀ 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 ਜੀ, ਪਰ ਸਭ ਤੋਂ ਵੱਧ ਜ਼ਿਆਦਾ ਯੂ ਨੋ ਮਲਾਈ ਚੰਗੀ ਆ। ਇਹ ਮੈਨੂੰ ਨਾ ਜਿੰਨਾ ਚਿਰ ਮੈਂ ਪੜ੍ਹਦਾ ਰਿਹਾ ਨਾ, ਨਿੱਕੇ ਹੁੰਦੇ ਤੋਂ ਲੈ ਕੇ ਦਸਵੀਂ ਤੱਕ, ਮੈਨੂੰ ਆਦਤ ਇਹੀ ਰਹੀ ਆ, ਸਕੂਲੋਂ ਆਉਣਾ ਦੁਪਹਿਰ ਦੀ ਰੋਟੀ ਖਾਣੀ ਤੇ ਮੈਂ ਰਸੋਈ ਦੇ ਵਿੱਚ ਕਹਿਣਾ ਉੱਥੇ ਬਹਿ ਕੇ ਰੋਟੀ ਖਾਣੀ, ਉਦੋਂ ਕਿਹੜੇ ਪੱਖੇ ਹੁੰਦੇ ਸੀਗੇ, ਤੇ ਮਾਤਾ ਨੇ ਕਹਿਣਾ ਬਾਕੀ ਸਾਰੇ ਸਾਡੇ ਟਾਹਲੀ ਹੁੰਦੀ ਵਿਹੜੇ ਦੇ ਵਿੱਚ, ਟਾਹਲੀ ਥੱਲੇ ਬੈਠੇ ਹੁੰਦੇ ਸੀਗੇ ਸ਼ਾਮੇ, ਇੱਥੇ ਬਹਿ ਕੇ ਰੋਟੀ ਖਾਣਾ, ਨਹੀਂ ਮੈਂ ਇੱਥੇ ਹੀ ਖਾਣੀ ਆ, ਖਾਣੀ ਮੈਂ ਉਹ ਕਾਹਨੇ ਲਾ ਕੇ ਬਹਿ ਕੇ, ਬਹੁਤ ਚੰਗਾ ਲੱਗਿਆ ਚੀਮਾ ਸਰ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅੱਛਾ, ਅਗਲੀ ਕਾਲ ਫਟਾਫਟ ਪਿੱਕ ਕਰ ਲਈਏ ਜੀ। ਹੈਲੋ ਹੈਲੋ ਮਨੀਸ਼ਾ ਗੁੱਡੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਕਿਵੇਂ ਹੋ? ਠੀਕ ਹੋ? ਸਾਰਿਆਂ ਦਾ ਨੀ ਕਹਿ ਸਕਦੇ, ਬਹੁਤ ਲੋਕਾਂ ਦਾ ਤਾਂ ਵਿਚਾਰਿਆਂ ਦਾ ਨਹੀਂ ਹੁੰਦਾ ਵਧੀਆ ਹਨਾ, ਪਰ ਮੇਰਾ ਤਾਂ ਬਚਪਨ ਵਧੀਆ ਸੀਗਾ। ਕਿਹੜੀ ਗੱਲ ਯਾਦ ਆਉਂਦੀ ਆ ਬਚਪਨ ਦੀ ਗੱਲ ਜਦੋਂ ਹੁੰਦੀ ਆ? ਬਚਪਨ ਦੀਆਂ ਗੱਲਾਂ ਜੇ ਤਾਂ ਬਹੁਤ ਮਤਲਬ ਇੰਨੀਆਂ ਨੀ, ਮੈਂ ਇੱਕ ਅੱਧੀ ਦੱਸ ਦਿੰਦੀ ਹਾਂ। ਹਾਂਜੀ ਹਾਂਜੀ, ਇੱਕ ਅੱਧੀ ਜੀ, ਬਿਲਕੁਲ ਬਿਲਕੁਲ। ਮੈਨੂੰ ਨਾ ਮੇਰੀ ਦਾਦੀ ਮਾਂ ਚੇਤੇ ਆ ਗਈ, ਉਹ ਨਾ ਅੰਬ ਦੇ ਥੱਲੇ ਬੈਠੇ ਹੁੰਦੇ ਸੀਗੇ, ਤੇ ਜਦੋਂ ਅੰਬ ਪੱਕਦੇ ਸੀ ਨਾ, ਉਹਨਾਂ ਨੇ ਉਹ ਲੈ ਕੇ ਬਹਿ ਜਾਣਾ, ਥੋੜੀ ਕੁ ਦੇਰ ਬਾਅਦ ਉਹ ਖੜਕਾ ਜੇ ਦੇਣਾ ਹਨਾ, ਵੀ ਤੋਤੇ ਨਾ ਟੁੱਕ ਦੇਣ ਅੰਬਾਂ ਨੂੰ, ਉਹ ਨਾ ਸ਼ਾਨਦਾਰ ਉੱਥੇ ਬੈਠੇ ਹੁੰਦੇ ਸੀ, ਕਦੇ ਪੈ ਜਾਂਦੇ ਸੀ,
ਠੀਕ ਹੈ ਤੇ ਮੈਂ ਨਾ ਸਕੂਲ ਤੋਂ ਜਾ ਕੇ ਹੌਲੀ ਦੇ ਕੇ ਚੜ ਜਾਣਾ ਅੰਬ ਤੇ ਤੇ ਮੈਂ ਨਾ ਪੱਕਾ ਅੰਬ ਚੂਸ ਕੇ ਤੇ ਥੱਲੇ ਜਦੋਂ ਗੁਥਲੀ ਸਿੱਟਣੀ ਤੇ ਜ਼ੋਰ ਜ਼ੋਰ ਨੀ ਮਿਲ ਫੇਰ ਨਾ ਮੈਂ ਫੇਰ ਉਤਰ ਕੇ ਦੱਸ ਵੀ ਦੇਣਾ ਵੀ ਮੈਂ ਸੀ ਨਾ ਪਰ ਉਹ ਫੇਰ ਭੁੱਲ ਜਾਂਦੇ ਸੀਗੇ ਅੱਛਾ ਅਸੀਂ ਉਹਨਾਂ ਨਾਲ ਮਜ਼ਾਕ ਕਰਦੇ ਰਹਿੰਦੇ ਸੀ ਤੇ ਇੱਕ ਮਤਲਬ ਸਕੂਲ ਚ ਹੁੰਦਾ ਸੀ ਜਦੋਂ ਨਾ ਸਕੂਲ ਚ ਜਾਣੀ ਪ੍ਰਾਇਮਰੀ ਸਕੂਲ ਚ ਛੁੱਟੀ ਹੋਣ ਦਾ ਟਾਈਮ ਹੁੰਦਾ ਸੀ ਨਾ ਤੇ ਲਾਸਟ ਮੂਮੈਂਟ ਦੇ ਵਿੱਚ ਐ ਹੁੰਦਾ ਸੀ ਵੀ ਗੇਟ ਤੋਂ ਪਹਿਲਾਂ ਕਿਹਨੇ ਪਾਰ ਕਰਨਾ ਹਨਾ ਹਾਂ ਕਾਲੀ ਹੁੰਦੀ ਸੀ ਇੱਕਦਮ ਨਿਕਲਦੀ ਆ ਨਾ ਬਿਲਕੁਲ ਜੀ ਗੋਲਡਨ ਪੀਰੀਅਡ ਜਿਹਨੂੰ ਆਪਾਂ ਕਹਿ ਦਿੰਦੇ ਆ ਮੁੰਡੇ ਪਹਿਲਾਂ ਬਾਜੀ ਮਾਰ ਜਾਂਦੇ ਸੀਗੇ ਸਮ ਟਾਈਮਸ ਬਟ ਅਸੀਂ ਵੀ ਕੁੜੀਆਂ ਘੱਟ ਨੀ ਹੁੰਦੀਆਂ ਸੀ ਅਸੀਂ ਵੀ ਬੈਲ ਵੱਜੀ ਨੀ ਏਦਾਂ ਕਰਕੇ ਹਨਾ ਤੇ ਆਪਾਂ ਨਿਕਲ ਗਏ ਬਾਹਰ ਦੀਦੀ ਹਨਾ ਮੈਨੂੰ ਕਿਸੇ ਨੇ ਚੈਲੰਜ ਕਰਤਾ ਸੀਗਾ ਕੁੜੀ ਕਹਿੰਦੀ ਮੈਂ ਹਨਾ ਆਪਣਾ ਬੈਗ ਵੀ ਪਾਇਆ ਵੀਰੇ ਵਾਲਾ ਵੀ ਚੱਕ ਲਿਆ ਮੈਨੂੰ ਕਹਿੰਦੀ ਤੂੰ ਮੈਨੂੰ ਧੱਕਾ ਮਾਰ ਕੇ ਕਹਿੰਦੀ ਤੂੰ ਨੀ ਜਾ ਸਕਦੀ ਮੈਂ ਕਿਹਾ ਤੈਨੂੰ ਮੈਂ ਜਾ ਕੇ ਦਿਖਾਉਂ ਦੀਦੀ ਹਾਲੇ 2 ਮਿੰਟ ਰਹਿੰਦੇ ਹੋਣਗੇ ਬੈਲ ਵੱਜਣ ਚ ਹਨਾ ਮੈਂ ਚੱਕ ਕੇ ਉਹਦਾ ਬੈਗ ਹਨਾ ਢੇਰੀ ਕਰਤਾ ਸਾਰੀਆਂ ਕਿਤਾਬਾਂ ਬਾਹਰ ਅਸੀਂ ਤਾਂ ਭੱਜ ਗਏ ਹਨਾ ਉਹ ਤਾਂ ਬਾਅਦ ਚ ਆਪਦੀਆਂ ਕਿਤਾਬਾਂ ਇਕੱਠੀਆਂ ਕਰੀ ਜਾਂਦੀ ਅੱਛਾ ਗੁੱਡੀ ਕਦੇ ਏਦਾਂ ਹੋਇਆ ਵੀ ਜਿਹੜੀ ਬੈਲ ਆ ਜਦੋਂ ਬੈਲ ਵਾਲਾ ਇੱਕ ਪੀਅਨ ਮਤਲਬ ਕੀ ਹੁੰਦੇ ਸੀਗੇ ਸਰ ਅੰਕਲ ਮੈਂ ਵਜਾਈ ਆ ਦੀਦੀ ਬੈਲ ਵਜਾਈ ਆ ਕਦੇ ਹਾਂਜੀ ਹਾਂਜੀ ਮੈਨੂੰ ਜਦੋਂ ਪਾਣੀ ਪੀਣ ਜਾਂਦੀ ਸੀਗੀ ਅੰਕਲ ਉੱਥੇ ਖੜੇ ਹੋ ਜਾਂਦੇ ਸੀ ਉੱਠ ਕੇ ਕੁਰਸੀ ਤੋਂ ਉਹਨਾਂ ਨੂੰ ਪਤਾ ਸੀ ਵੀ ਜਾਂਦੀ ਜਾਂਦੀ ਮਾਰ ਕੇ ਜਾਊਗੀ ਮਾਰ ਨਹੀਂ ਉੱਦਾਂ ਵੀ ਇੱਕ ਇਹ ਵੀ ਗੱਲ ਤੇ ਇੱਕ ਵਾਰੀ ਅੰਕਲ ਨੂੰ ਕਹਿਣਾ ਕਿਸੇ ਸਰ ਉਹਨਾਂ ਨੂੰ ਕਹਿਣਾ ਵੀ 2 ਬੈਲ ਮਾਰੀਆਂ ਦੂਜਾ ਤੀਜਾ ਪੀਰੀਅਡ ਲੱਗਣਾ 3 ਬੈਲਾਂ ਮਾਰੀਆਂ ਵੀ ਕਦੇ ਮੈਂ ਕਰਾਂ ਤੇ ਉਹ ਚੀਜ਼ ਮੈਂ ਕੀਤੀ ਹੋਈ ਆ info@justbroadcasting.com ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਉਮੀਦ ਕਰਦੇ ਹਾਂ ਅੱਜ ਦੀਆਂ ਗੱਲਾਂ ਚੰਗੀਆਂ ਲੱਗੀਆਂ ਹੋਣੀਆਂ ਕਿਉਂਕਿ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੁਣ ਸਾਨੂੰ ਦੋਵਾਂ ਦੀ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ।